ਗੁਰਮੁਖ ਲਿਵਲੀ ਕਲੋ ਹੁਜਤ ਇਬਨਿ ਅਲ-ਹਸਨਸਕਰੀ ਸਲਵਾਤੁਕਾ ਅਲੈਹਵਾਲਾ ਵਾਹੀ ਫੀ ਹਾਜ਼ਿਹੀ ਸਾਅਤ ਵਫੀ ਕੁੱਲੇ ਸਾਅਤ ਮਿਨ ਸਾਅਤ ਲੈਲ ਵਨਹਾਰ ਵਲੀਯੰ ਵਾਫਿਜ਼ੰ ਵਕਾਇਦੰ ਵਨਾਸਿਰੰ ਵਦਲੀਲੰ ਵਾਹਿਨਾ ਤਾਅ ਤੁਸਕਿਨਹੁ ਅਰਜ਼ਕਾ ਤੁਨ ਵਤੁਮਤਿਆਹੁ ਫੀ ਗਹਾ ਤਵੀਲਾ ਯਾ ਰਬ ਮੁਹੰਮਦਿਨ ਵਾਲੇ ਮੁਹੰਮਦ ਵਾਜਲ ਫਰਾਜ ਕਾ ਇਮੇ ਅਲ ਮੁਹੰਮਦ ਸਲਵਾਤ ਬਾਬਾ ਸਭ ਤੋਂ ਪਹਿਲੇ ਮੇਰੀ ਦੁਆ ਹੈ ਬਾਨੀ ਅਸ਼ਰਾ ਤੁਹਾਡਾ ਦੂਰੂ ਜਾਂ ਨਜ਼ਦੀਕ ਤੋਂ ਟੁਰਾਇਆ ਜ਼ਾਕਰੀ ਨੁਜ਼ਾਮ ਦਾ ਪੜ੍ਹਿਆ ਹਸਨੈਨ ਦੀ ਪਾਕ ਮਾਂ ਆਪਣੇ ਦਰਬਾਰ 'ਚ ਮਨਜ਼ੂਰ ਅਤੇ ਕਬੂਲ ਫਰਮਾਵੇ ਸਿਵਾਏ ਗਮੇ ਹੁਸੈਨ ਦੇ ਛਲਾ ਦੁਨੀਆਂ ਦਾ ਕੋਈ ਗਮ ਨਾ ਵੇਖੋ ਦੁਆ ਮੰਗੀ ਕਰੋ ਮਰੀਏ ਹੁਸੈਨ ਹੁਸੈਨ ਕਰਦੇ ਉੱਠੀਵੀਏ ਅਲੀ ਅਲੀ ਕਰਿੰਦੇ ਦਾਮਨ ਪੰਜਾਂ ਅਤੇ ਬਾਰਾਂ ਦਾ ਹੋਵੇ ਹੱਥ ਅਸਾਂ ਗੁਨਹਗਾਰਾਂ ਦਾ ਹੋਵੇ ਜ਼ਿੰਦਗੀ ਇੱਕ ਦਿਨ ਦੀ ਦੋ ਸਾਲ ਦੀ 5000 ਸਾਲ ਦੀ ਵੀ ਆਵੇ ਅਤੇ ਜ਼ਿੰਦਗੀ ਉਹ ਚੰਗੀ ਜਿਹੜੀ ਜ਼ਿਕਰ 26 'ਚ ਗੁਜ਼ਰੇ ਦੁਆ ਮੰਗੋ ਸਾਡੇ 12ਵੇਂ ਆਕਾ ਦਾ ਜਲਦ ਜ਼ਹੂਰ ਹੋਵੇ ਸਾਡੇ 12ਵੇਂ ਇਮਾਮ ਦਾ ਜਲਦ ਜ਼ਹੂਰ ਹੋਵੇ ਇਹਨਾਂ ਸਾਰੀਆਂ ਦੁਆਵਾਂ ਦੀ ਕਬੂਲੀਅਤ ਵਾਸਤੇ ਬੁਲੰਦ ਸਲਵਾਤ ਅੱਲਾਹ ਇੰਝ ਨਹੀਂ ਸਲਵਾਤ ਦਾ ਪੜ੍ਹਨਾ ਇੱਕ ਅਜ਼ੀਮ ਇਬਾਦਤ ਹੈ ਬਾਬਾ ਜ਼ੇ ਬੁਲੰਦ ਸਲਵਾਤ ਪੜ੍ਹੋ ਅੱਲਾਹ ਅੱਲਾਹ ਮੁਹੰਮਦ ਇਨਵਾਲ ਮਾਸ਼ਾ ਅੱਲਾਹ ਵਾਲਾ ਬਿਸਮਿਲ੍ਲਾਹਿਰਰਹਿਮ ਸਲਵਾ ਅਸਲਾਮ ਤੁਮ ਸਲਾਮ ਅਲਾ ਵਲੀ ਵਮਰੀ ਨਹੀਂ ਬਾਬਾ ਸੇ ਇਲਮੇ ਹੀ ਇਲਮਿਲ ਅਵਲੀਨ ਵਲਾਂ ਕਰੀਨਾ ਸਲਵਾ ਅੱਲਾ ਦੀ ਕਾਲਤਾਂ ਸੁਬਾ ਤਲੀਆਂ ਬੇਮਸਾਏ ਜਿਹੜੇ ਰੋਮਣ ਆਏ ਵਾਲਾ ਹਸਨ ਲ ਮਸਮੂ ਮਿਲ ਹੁਸੈਨ ਲ ਗਰੀਬ ਗਰੀਬੋਂ ਕੁਆ ਦੇਨ ਜੈ ਕੋ ਵਤਨ ਤੇ ਕਬਰ ਦੀ ਜਾ ਨ ਮਿਲੇ ਮਰਹਬਾ ਯਾ ਇੰਜਾ ਕਾਂ ਗਰੀਬ ਉਕਵਾ ਦਿਨ ਜਿੰਦੇ ਤਨ ਦੇ ਕੱਪੜੇ ਕਫਨ ਬਣ ਵੰਜਨ ਸੋਹਣੀ ਹੈ ਕੀਤੀ ਨੇ ਬਾਬਾ ਜੀ ਮੈਂ ਬਿਸਮਿਲ੍ਲਾ ਕਰ ਵਾ ਅਲਾ ਸੈਯਦ ਤਿਲ ਜਲੀਨਾ ਤਿਲ ਮਖਦੂਮ ਤਿਲ ਮਹਰੂਮ ਬਾਬਾ ਅੱਗੇ ਠੀਕ ਹੈ ਉੱਥੇ ਰਾਣ ਵਾ ਅਲਾ ਸੈਯਦ ਤਿਲ ਜਲੀਨਾ ਤਿਲ ਮਖਦੂਮ ਤਿਲ ਮਹਰੂਮ
ਆਨਾ ਹੱਕੇ ਮੇਰਾ ਉਸਿਆ ਬੀਆਂ ਵਕੀਲ ਅਲੀ ਦੀਆਂ ਧੀਆਂ ਦਾ ਤੇ ਜਦਾਂ ਤੁਰਾਂ ਕੂਫੇ ਦੋਂ ਪਿਆ ਰੋਂਦੇ ਕਿਉਂ ਆ ਬਹੁ ਦੂਰ ਅੱਬਾਸ ਭਰੇ ਜਿਆਂ ਦੇ ਰੁਖ ਸਾਰ ਚੁਮੇਂਦਾ ਛਲ ਆਪਣੇ ਗਮ ਜ ਹੈ ਮੈਂ ਸਦਕੇ ਬਹੁ ਦੂਰ ਅੱਬਾਸ ਭੜੇ ਜਿਆਂ ਦੇ ਰੁਖਸਾਰ ਚੁਮੇਂਦਾ ਰਿਹਾ ਤੇ ਜਦਾਂ ਪਿਓ ਤੇ ਪੁੱਤਰ ਥੀ ਉਹ ਲੈ ਗਏ ਤੇ ਆ ਵਿੱਚ ਵੀ ਖਿਆਮ ਦੇ ਗਿਆ ਹੋਇਆ ਕਿਆ ਹੈ ਗੱਲ ਲਾ ਕੇ ਭੈਣ ਰੁਕਿਆ ਕੋ ਬਹੁ ਚਿਰ ਤਈ ਰੋਂਦਾ ਜੀ ਨੌਕਰ ਹਰ ਅਜ਼ਾਦਾਰ ਦਾ ਨੌਕਰ ਹਾਂ ਜਿਹੜੇ ਦੂਰੋਂ ਜਾਂ ਨਜ਼ਦੀਕ ਤੋਂ ਤੁਰ ਆਇਓ ਸਿਵਾਏ ਗੰਮੇ ਹੁਸੈਨ ਦੇ ਗਰਮੀ ਦਾ ਮਾਹੌਲ ਹੈ ਅੱਛਾ ਕਿਉਂਕਿ ਵਕੀਲ ਹੁਸੈਨ ਤੇ ਆਲੀਆ ਦਾ ਵਕੀਲ ਆਲੀਆ ਤੇ ਸਕੀਨਾ ਦਾ ਤੇ ਜਦਾਂ ਤੁਰਾਂ ਕੂਫੇ ਦੋ ਪਿਆ ਰੋਂਦੇ ਕਿਉਂ ਆ ਬਹੁ ਦੇਰ ਅੱਬਾਸ ਉਹ ਭੜੇ ਜਿਆਂ ਦੇ ਰੁਖ ਸਾ ਚੁਮੇਂਦਾ ਰਿਹਾ ਤੇ ਜਦਾਂ ਪਿਓ ਤੇ ਪੁੱਤਰ ਥੀ ਉਹ ਲੈ ਗਏ ਤੇ ਆ ਵਿੱਚ ਵੀ ਖਿਆਮ ਨਾਸਿਰ ਤੇਰੀ ਆਏ ਤੂੰ ਸਦਕੇ ਆ ਵਿੱਚ ਵੀ ਖਿਆਮ ਦੇਗੀਆ ਗੱਲ ਲਾ ਕੇ ਭੈਣ ਮੁਸਾਫਿਰਾ ਕੋ ਬਹੁ ਚਿਰ ਤਈ ਰੋਂਦਾ ਮਰਹਬਾ ਸਲਾਹ ਆਪਣੇ ਗਮ ਵਿੱਚ ਹਾਇ ਨਾ ਕਰੋ ਜਿਤਨੇ ਅਜ਼ਾਦਾਰ ਦੂਰੋਂ ਜਾਂ ਨਜ਼ਦੀਕ ਤੋਂ ਟੁਰਾਏ ਹੋ ਹਸਨੈਨ ਦੀ ਪਾਕ ਅੰਮਾ ਤੈਨੂੰ ਕਿਸੇ ਦਾ ਮੁਹਤਾਜ ਨਾ ਕਰੇ ਅਜਨਾ ਸਿਰ ਤੁਸੀਂ ਗੱਲ ਹੁਕਮ ਦਿੱਤਾ ਵੀ ਫਜ਼ੈਲ ਵੀ ਜਨਾਬੇ ਹਜ਼ਰਤ ਅਮੀਰ ਮੁਸਲਿਮ ਦਾ ਜਿਤਨਾ ਹੋ ਸਕਦਾ ਕਿਉਂਕਿ ਗਰਮੀ ਢੇਰ ਚਾਹੇ ਤੁਸੀਂ ਅੱਗੇ ਦੱਸਿਆ ਤਾਂ ਹੈ ਲੇਕਿਨ ਜਿਤਨੇ ਆਜ਼ਾਦਾਰ ਹੋ ਕੋਸ਼ਿਸ਼ ਕਰਿਆ ਮੈਂ ਵੀ ਗਰਮੀ 'ਚ ਹੀ ਖਲੋ ਕੇ ਪੜ੍ਹ ਰਿਹਾ ਤੁਸੀਂ ਵੀ ਆਜ਼ਾਦਾਰ ਹੋ ਅਗਰ ਘਰੋਂ ਆ ਜਾਂਦੇ ਹੋ ਤਾਂ ਮੈਨੂੰ ਮਿੰਬਰ ਹੁਸੈਨ ਦੀ ਕਸਮ ਹੈ ਇੱਦਾਂ ਮੁਹਰਮ ਤੋਂ ਵੱਧ ਗਰਮੀ ਕੋਈ ਨਹੀਂ ਜਿਤਨੇ ਆਜ਼ਾਦਾਰ ਤਸ਼ਰੀਫ ਫਰਮਾਓ ਜਿਤਨੇ ਮਾਤਮੀ ਇਸ ਜਹਾਂ 'ਤੇ ਤਸ਼ਰੀਫ ਫਰਮਾਓ ਬਿਲਕੁਲ ਚਾਰ ਜੁਮਲੇ ਚਲੋ ਤਾਰੀਫੀ ਜੁਮਲੇ ਮੈਂ ਜ਼ਰੂਰ ਤੁਹਾਡੇ ਜ਼ਹਾਨ ਤੱਕ ਪਹੁੰਚਾ ਦੇਵਾਂ ਸਰਦਾਰੇ ਬੁਤਹਾ ਜਨਾਬ ਹਜ਼ਰਤ ਅਬਦੁਲ ਮੁਤਲਿਬ ਸਰਕਾਰ ਦੇ ਬੇਟੇ ਜਨਾਬ ਹਜ਼ਰਤ ਇਮਰਾਨ ਤਵਜੋ ਹੈ ਜੀ ਜਨਾਬ ਹਜ਼ਰਤ ਇਮਰਾਨ ਜਿਨ੍ਹਾਂ ਤੋਂ ਕੁਰਾਨ 'ਚ ਪੂਰੀ ਸੂਰਤ ਹੈ
ਸੂਰਹ ਆਲੇ ਇਮਰਾਨ ਔਰ ਸਰਕਾਰ ਮਤਵੱਲੀ ਕਾਬਾ। ਤਵੱਜੋ ਹੈ, ਸਰਕਾਰ ਕੀ ਹਨ? ਮਤਵੱਲੀ ਕਾਬਾ, ਸਰਕਾਰ ਜਨਾਬੇ ਇਮਰਾਨ ਮਤਵੱਲੀ ਕਾਬਾ। ਅੱਜ ਨਾ ਸਿਰ ਕਿਸੇ ਸ਼ਹਿਰ ਦੇ ਵਿੱਚ, ਕਿਸੇ ਪਿੰਡ ਦੇ ਵਿੱਚ ਪੰਜ ਮਰਲੇ ਦੀ ਮਸਜਿਦ ਦਾ ਕੋਈ ਮਤਵੱਲੀ ਹੋਵੇ ਨਾ, ਅਤੇ ਉਹਦੀ ਕਿਸੇ 'ਤੇ ਤੱਕ ਨਹੀਂ ਪਾਉਂਦੀ। ਅਤੇ ਜਨਾਬੇ ਹਜ਼ਰਤ ਇਮਰਾਨ ਕਾਬੇ ਦੇ ਮਤਵੱਲੀ, ਜਿਤਨੇ ਅਹਬਾਬ ਤਸ਼ਰੀਫ ਫਰਮਾਉ, ਔਰ ਜਨਾਬੇ ਹਜ਼ਰਤ ਇਮਰਾਨ ਦੇ ਬੇਟੇ ਜਨਾਬੇ ਹਜ਼ਰਤ ਅਕੀਲ, ਔਰ ਤਾਰੀਖ ਗਵਾਹ ਕਿ ਅਰਬ ਵਿੱਚ ਅਕੀਲ ਜੈਸਾ ਅਕੀਲ ਨਹੀਂ ਮਿਲਦਾ। ਆਕਿਲ ਨਹੀਂ, ਆਕਿਲ ਉਸਨੂੰ ਆਖਿਆ ਜਾਂਦਾ ਵੀ ਜਿਹਦੇ ਕੋਲੋਂ ਤਕਾਜ਼ੇ ਬਸ਼ਰੀਅਤ ਦੇ ਤਹਿਤ ਕਦੀ ਨਾ ਕਦੀ ਕੋਈ ਗਲਤੀ ਹੋ ਜਾਵੇ। ਲੇਕਿਨ ਅਕੀਲ ਉਸਨੂੰ ਆਖਦੇ ਜੋ ਕੈਨਾਤ ਦੀਆਂ ਜ਼ਹਾਨਤਾਂ ਜਿਸ ਦੇ ਪੈਰਾਂ ਦੇ ਨਾਲ ਸਫ਼ਰ ਕਰੇ, ਉਸਨੂੰ ਅਕੀਲ ਆਖਦੇ। ਜਿਤਨੇ ਹਬਾਬ ਤਸ਼ਰੀਫ ਫਰਮਾਓ, ਸਰਕਾਰ ਰਸਾਲਤ ਮਾਬ ਨੇ ਹਿਜਰਤ ਕੀਤੀ, ਜਨਾਬੇ ਅਕੀਲ ਨਾਲ ਟੁਰ ਪਏ, ਮਦੀਨੇ ਆ ਗਏ। 4 ਹਿਜਰੀ ਜਾਂ 3 ਹਿਜਰੀ ਪਾਕ ਮੌਲਾ ਨੂੰ ਖਾਲਿਕ ਨੇ ਬੇਟਾ ਅਤਾ ਕੀਤਾ। ਜਿਨ ਮੈਂ ਕਿਉਂ ਨਾ ਆਖਾਂ ਕਿ ਹਿਜਾਜ਼ ਦਾ ਏਰੀਆ ਮਦੀਨੇ ਦੀ ਨਗਰੀ 4 ਹਿਜਰੀ 3 ਰਬੀਉਲ ਅਵਲ ਪਾਕ ਬੀਬੀ ਮਖਦੂਮਾਂ ਦੀ ਝੋਲੀ, ਕੈਨਾਤ 'ਚ ਪਹਿਲਾ ਮੁਸਲਿਮ ਦੁਨੀਆ 'ਤੇ ਆਇਆ। ਮੈਂ ਬਿਸਮਿਲਾ ਕਰਾਂ, ਜਨਾਬੇ ਹਜ਼ਰਤ 'ਤੇ ਮੁਸਲਿਮ ਦੁਨੀਆ 'ਤੇ ਆਏ। ਸਰਕਾਰ ਜਨਾਬੇ ਅਕੀਲ ਨੇ ਸਫੇਦ ਕੱਪੜੇ ਦੇ ਵਿੱਚ ਜਨਾਬੇ ਅਕੀਲ ਨੇ ਜਨਾਬੇ ਮੁਸਲਿਮ ਨੂੰ ਪਾਇਆ ਔਰ ਨਬੀਆਂ ਦੇ ਸੁਲਤਾਨ ਦੇ ਕੋਲ ਲਿਆ ਮਸਜਿਦ ਨਬਵੀ 'ਚ। ਔਰ ਕਿਉਂਕਿ ਹਿਜਰਤ ਦਾ ਦੌਰਾ ਹੀ ਲੋਕ ਮੁਸਲਮਾਨ ਹੋ ਰਹੇ ਹਨ, ਸਰਕਾਰ ਦੇ ਹੱਥਾਂ 'ਤੇ ਰੱਖਿਆ। ਮੌਲਾ ਖਾਲਿਕ ਨੇ ਬੇਟਾ ਅਤਾ ਕੀਤਾ ਅਤੇ ਮੇਰਾ ਦਿਲ 'ਚ ਆਉਂਦਾ ਇਸਦਾ ਨਾਂ ਤੁਸੀਂ ਰੱਖੋ। ਸਰਕਾਰ ਦੇ ਚਿਹਰੇ 'ਤੇ ਤਬਸਮ ਆਇਆ ਅਤੇ ਮੁਸਕਰਾ ਕੇ ਫਰਮਿੰਦਰ ਅਕੀਲ, ਇਸ ਦਾ ਨਾਂ ਮੈਂ ਮੁਸਲਿਮ ਰੱਖਿਆ। ਇਸ ਦਾ ਨਾਂ ਕੀ ਰੱਖਿਆ? ਮੈਂ ਮੁਸਲਿਮ ਰੱਖਿਆ। ਹੁਣ ਸਰਕਾਰ ਦੀਆਂ ਨਾ ਅੱਖੀ ਵਸ ਪਈ, ਕਿਸਲੇ ਸੱਜਾ ਰੁਖਸਾਰ ਚੁੰਮਦਨ, ਕਿਸਲੇ ਮੁਸਲਿਮ ਦਾ ਖੱਬਾ ਰੁਖਸਾਰ ਚੁੰਮਦਨ। ਜਨਾਬੇ ਅਕੀਲ ਪੈਰਾਂ 'ਤੇ ਹੱਥ ਲਾ ਕੇ, ਮੌਲਾ ਇਸ ਰਾਸ ਤੋਂ ਪਰਦਾ ਚਾਹੋ। ਇਹ ਕੀ ਰਾਸ ਹੈ ਵੀ ਮੈਨੂੰ ਖਾਲਿਕ ਨੇ ਪੁੱਤਰ ਦਿੱਤਾ ਅਤੇ ਤੁਸੀਂ ਰੋ ਰਹੇ ਹੋ? ਸਰਕਾਰ ਨੇ ਫਰਮਾਇਆ ਕਿ ਹੇ ਅਕੀਲ ਭਾਈ, ਇਹ ਜਿਹੜਾ ਤੇਰਾ ਪੁੱਤਰ ਮੁਸਲਿਮ ਹੈ ਨਾ, ਇਹ ਮੇਰੇ ਬੇਟੇ ਹੁਸੈਨ ਦੀ ਨੁਸਰਤ ਕਰੇ ਸੀ। ਜ਼ੁਲਮ ਦੇ ਨਾਲ ਇਹ ਕੂਫੇ 'ਚ ਮਾਰਿਆ ਹੋਇਆ ਸੀ। ਜਿਤਨੇ ਅਜ਼ਾਦਾਰ ਤਸ਼ਰੀਫ ਫਰਮਾਓ, ਜਿਤਨੇ ਮਾਤਮੀ ਇਸ ਜਾਂ 'ਤੇ ਤਸ਼ਰੀਫ ਫਰਮਾਓ, ਅਕੀਲ ਜਿਹੜਾ ਵਾਅਦਾ ਹੁਸੈਨ ਕੀਤਾ ਹੈ ਨਾ, ਉਹ ਜਲਸੇ ਅਲ ਅਸਤ 'ਚ ਜੋ ਉਸ ਸੁਲਤਾਨੀ ਵਾਲਾ ਤਾਜ ਮੇਰੇ ਸਿਰ 'ਤੇ ਰੱਖਿਆ, ਉੱਥੇ ਉਸ ਪਰਚੇ 'ਚ ਲਿਖੇ ਹੋਇਆ ਹੈ ਬਈ ਇਹ ਮੁਸਲਿਮ ਜਿਹੜਾ ਹੈ ਨਾ, ਇਹ ਕੂਫੇ ਸ਼ਹੀਦ ਹੋ ਸੀ, ਇਹ ਹੁਸੈਨ ਦਾ ਸਫੀਰ ਹੈ। ਠੰਡਾ ਸਾਹ ਭਰ ਕੇ ਆਦਨ ਹਜੇ ਹਰ ਕੋਈ ਵਸਦਾ ਸੀ, ਅਕੀਲ ਸਾਰਿਆਂ ਨਾਲੋਂ ਪਹਿਲੇ ਤੇਰਾ ਘਰ ਉਜੜ ਸੀ। ਜਿਤਨੇ ਮਾਤਮੀ ਔਰ ਅੱਗੋਂ, ਕਿਉਂਕਿ ਸਫ਼ਰ ਦਾ ਮਹੀਨਾ ਸ਼ੁਰੂ ਹੋਣ ਵਾਲਾ,
ਨਾ ਸਿਰਫ ਸਾਡੇ ਕੋਲ ਇੱਥੋਂ ਕਾਫਲੇ ਪੈਦਲ ਰਜੋਇਓਂ ਵੀ ਚਨੌੜ ਤੋਂ ਵੀ ਗਿਰਦੋ ਨਵਾਦ ਤੋਂ ਕਾਫਲੇ ਲਾਹੌਰ ਜਾਂਦੇ ਨੇ ਪਾਕ ਬੀਬੀ ਦੇ ਹਰਮ 'ਤੇ 60 ਰੁਪਈਆ ਦੇ ਹਰਮ 'ਤੇ ਔਰ ਕੁਛ ਲੋਕ ਇਸ 'ਤੇ ਇਤਰਾਜ਼ ਕਰਦੇ ਨੇ ਵੀ ਇਹ ਕਾਫਲੇ ਪੈਦਲ ਕਿਉਂ ਲੈ ਕੇ ਜਾ ਰਹੇ ਨੇ ਕੱਤਨ ਨਹੀਂ ਇਹ ਆਜ਼ਾਦਾਰੀ ਹੈ ਮਜ਼ਲੂਮ ਕਰਬਲਾ 'ਤੇ ਇਤਰਾਜ਼ ਕੱਤਨ ਹੈ ਸਾਜ ਤੋਂ ਬਾਅਦ ਕਦੀ ਵੀ ਨਾ ਆਖਿਆ ਵੀ ਇਹ ਜਿਹੜਾ ਕਾਫਲਾ ਲੈ ਕੇ ਜਾ ਰਿਹਾ ਚਾਹੇ ਉਹ ਨਾਸਿਰ ਹੋਵੇ ਬੈਜਨ ਹੋਵੇ ਨਾਸਿਰ ਹੋਵੇ ਕੋਈ ਵੀ ਲੈ ਜਾਵੇ ਇਤਰਾਜ਼ ਨਾ ਕਰੇ ਮੈਂ ਤੁਹਾਨੂੰ ਇਸ ਦੇ ਜ਼ਿਮਨ 'ਚ ਇੱਕ ਛੋਟਾ ਜਿਹਾ ਵਾਕਿਆ ਸੁਣਾਉਂਦਾ ਸਰਕਾਰ ਫਰਜ਼ੰਦੇ ਰਸੂਲ ਹੁਸੈਨ ਇਬਨ ਅਲੀ ਸਰਕਾਰ ਨੇ 27 ਹੱਜ ਪੈਦਲ ਕੀਤੇ ਕਿਤਨੇ ਹੱਜ 27 ਹੱਜ ਪੈਦਲ ਕੀਤੇ ਵੀ ਅੱਜ ਅਸੀਂ ਇਤਰਾਜ਼ ਕਰਦੇ ਹਾਂ ਵੀ ਤੁਸੀਂ ਪੈਦਲ ਕਿਉਂ ਜਾ ਰਹੇ ਹੋ ਅੱਜ ਅਸਾਇਸ਼ ਮੌਜੂਦ ਹੈ ਗੱਡੀਆਂ ਮੌਜੂਦ ਨੇ ਫਿਰ ਪੈਦਲ ਕਿਉਂ ਜਾਵੀਏ ਉਹ ਮੈਂ ਤੁਹਾਨੂੰ ਦੱਸਣਾ 27 ਹੱਜ ਸਰਕਾਰ ਨੇ ਪੈਦਲ ਕੀਤੇ ਇੱਕ ਦਫਾ ਸਰਕਾਰ ਸਫ਼ਰ ਕਰ ਰਹੇ ਨੇ ਔਰ ਸਰਕਾਰ ਦਾ ਘੋੜਾ ਵੀ ਨਾਲ ਹੈ ਨੌਕਰ ਵੀ ਨਾਲ ਹੈ ਸਾਹਮਣੇ ਅਰਬ ਦਾ ਇੱਕ ਬੱਦੂ ਮਿਲਿਆ ਉਸ ਕਹਿੰਦਾ ਫਰਜ਼ੰਦੇ ਰਸੂਲ ਤੁਸੀਂ ਪੈਦਲ ਜਾ ਰਹੇ ਹੋ ਹੱਜ 'ਤੇ ਜਦਕਿ ਤੁਹਾਡਾ ਘੋੜਾ ਵੀ ਮੌਜੂਦ ਹੈ ਸਰਕਾਰ ਨੇ ਫਰਮਾਇਆ ਕਿ ਜਿਸ ਦਰਬਾਰ 'ਤੇ ਜਾ ਰਹੇ ਹਾਂ ਜਿਸ ਮਾਲਿਕ ਕੋਲ ਜਾ ਰਹੇ ਹਾਂ ਉਸ ਦੀ ਸ਼ਾਨ ਬੜੀ ਵੱਡੀ ਹੈ ਇਹ ਸ਼ਾਇਆਨੇ ਸ਼ਾਨ ਨਹੀਂ ਹੈ ਕਿ ਮੈਂ ਘੋੜੇ 'ਤੇ ਚੜ੍ਹ ਕੇ ਜਾਵਾਂ ਉਹ ਦਰਬਾਰ ਬੜਾ ਵੱਡਾ ਅਤੇ ਮੌਲਾ ਘੋੜਾ ਕਿਸ ਵਾਸਤੇ ਸਰਕਾਰ ਨੇ ਫਰਮਾਇਆ ਅਰਬ ਦੇ ਬੱਦੂ ਲੋਕ ਹਨ ਮਤਾ ਕੱਲ੍ਹ ਨੂੰ ਕੋਈ ਆਖੇ ਹੁਸੈਨ ਕੋਲ ਘੋੜਾ ਕੋਈ ਨਹੀਂ ਤਾਂ ਪੈਦਲ ਸਫ਼ਰ ਕਰ ਰਹੇ ਹਨ ਯਾਦ ਰੱਖੋ ਜਿਹੜੀ ਸਾਡੇ ਕੋਲ ਆਈ ਨਾ ਅੱਬਾਸ ਦੀ ਭੈਣ ਹੱਕ ਤਾਂ ਇਵੇਂ ਬਣਦਾ ਅਸੀਂ ਸਾਰੇ ਪੈਦਲ ਚਲੀਏ ਇਹ ਮੇਰੀ ਜ਼ੈਨ ਕੋ ਗੱਡੀਆਂ ਦਾ ਸਫ਼ਰ ਕੀਤੇ ਕੋਈ ਉੱਠਾ ਤੋਂ ਸਫ਼ਰ ਕੀਤੇ ਮੇਰਾ ਹੁਸੈਨ ਦੇ ਮਿੰਬਰ 'ਤੇ ਹੱਥ ਕਿਉਂਕਿ ਮਜਲਿਸ ਪੜ੍ਹਨ 'ਚ ਇਤਨਾ ਟਾਈਮ ਨਹੀਂ ਹੁੰਦਾ ਵਕਤ ਨਹੀਂ ਹੁੰਦਾ ਬੜੇ ਔਖੇ ਸਫ਼ਰ ਕਰਕੇ ਲਾਹੌਰ ਆਈ ਹੈ ਮੇਰੀ ਸੈਨ ਜਿਤਨੇ ਅਜ਼ਾਦਾਨ ਤਸ਼ਰੀਫ ਫਰਮਾਓ ਕੱਲ੍ਹ ਨਾ ਸਿਰਫ ਤਿਆਰੀ ਪੜ੍ਹੀ ਹੈ ਹੁਸੈਨ ਦੀ ਅੱਜ ਮੇਰਾ ਦਿਲ ਚਾਹੁੰਦਾ ਤਿਆਰੀ ਪੜ੍ਹਾਂ ਮੁਸਲਿਮ ਦੀ ਜੋ ਸਰਕਾਰ ਨੇ ਜਨਾਬ ਮੁਸਲਿਮ ਨੂੰ ਕੂਫੇ ਭੇਜਿਆ ਕਿਵੇਂ 15 ਰਮਜ਼ਾਨ ਹੁਣ ਤੁਸੀਂ ਮੇਰੇ ਵਾਲੇ ਪਾਸੇ ਵੇਖੋ ਅੱਖ ਜਾਣੇ ਅਤੇ 1400 ਮੀਲ ਦੀ ਥੱਕੀ ਸਹਿਣ ਜਾਣੇ ਜਿਤਨੇ ਅਜ਼ਾਦਾਨ ਤਸ਼ਰੀਫ ਫਰਮਾਓ ਅੱਗੇ ਚਾਚਾ ਜੀ ਨੇ ਆਖਿਆ ਵੀ ਗਰਮੀ ਤੋਂ ਨਹੀਂ ਘਬਰਾਉਣਾ ਕੋਸ਼ਿਸ਼ ਕਰਿਆ ਬਈ ਹਾਏ ਮੇਰੇ ਨਾਲ ਜ਼ਰੂਰ ਕਰ ਦੇਵੇ 15 ਰਮਜ਼ਾਨ ਨਾ ਸਿਰ ਤੇਰੀ ਹਾਂ ਜੀ ਤੂੰ ਸਦਕੇ ਸਾਡੀ ਕਿਆ ਮਜਾ ਲੈ ਜ਼ਹਰਾ ਦੀਆਂ ਧੀਆਂ ਰੁੱਲ ਗਈਆਂ 15 ਰਮਜ਼ਾਨ ਮੇਰੇ ਪੁੱਤਰ ਹੱਥ ਖੋਲ ਗਏ 15 ਰਮਜ਼ਾਨ ਮੇਰੇ ਆਕਾ ਦਾ ਕਦਮ ਭੇਣ ਦੇ ਖੇਮੇ ਆਏ ਔਰ ਬਜ਼ੁਰਗ ਪੜ੍ਹਦੇ ਹੁੰਦੇ ਨੇ ਮੈਂ ਹਰ ਮਜਲਿਸ 'ਚ ਚਾਹਦਾ ਭਰਾ ਦੀਆਂ ਰੁਣੀਆਂ ਹੋਈਆਂ ਅੱਖੀਂ ਰਿਆਜ਼ ਭਰਾ ਤੂੰ ਨਹੀਂ ਲੁਕਦੀਆਂ ਹੈ ਭੈਣ ਤੂੰ ਨਹੀਂ ਲੁਕਦੀਆਂ ਭਰਾ ਦੀਆਂ ਰੁਣੀਆਂ ਹੋਈਆਂ ਅੱਖੀਂ ਮੇਰੀ ਸੈਣ ਦੀ ਨਜ਼ਰ ਪਈ ਹੈ ਭਰਾ ਦੇ ਗਲ 'ਚ ਭਾਈ ਪਾਈ ਅਤੇ ਰੋ ਕੇ ਪਈ ਆਦੀ ਲੁਕ ਲੁਕ ਕੇ ਵੱਧਾ ਰੋਂਦਾ ਹੈ ਹੁਸੈਨ ਤੇਰੇ ਰੋਵਣ ਦੀ ਖਾਤਰ ਮੈਂ ਮਾਂ ਦੀ ਕਬਰ ਛੋੜ ਆਈ ਹਾਂ ਤੇਰੇ ਰੋਵਣ ਦੀ ਖਾਤਰ ਮੈਂ ਨਾਨੇ ਦੀ ਮਜ਼ਾਰ ਛੋੜ ਆਈ ਹਾਂ ਤੇਰੇ ਰੋਵਣ ਦੀ ਖਾਤਰ ਮੈਂ ਬਿਨਾ ਹੱਸਣ ਦੀ ਕਬਰ ਛੋੜ ਆਈ ਹਾਂ ਹੁਸੈਨ ਲੁਕ ਲੁਕ ਕੇ ਕਿਉਂ ਪਿਆ ਰੋਂਦੇ ਅੱਛਾ ਹੁਸੈਨ ਨਾਨੇ ਮੁਹੰਮਦ ਦੀ ਯਾਦ ਆਈ ਉਸੀ ਆ ਕਿਉਂ ਨਾ ਆਵੇ ਈਦ ਦਾ ਰੋਜ਼ ਤੈਨੂੰ ਨਾਨਾ ਮੋਢਿਆਂ 'ਤੇ ਚਾ ਕੇ ਮਦੀਨੇ ਦੀ ਸੈਰ ਕਰਵਾਉਂਦਾ ਹਾਂ ਲੇਕਿਨ ਹੁਸੈਨ ਯਾਦ ਰੱਖੀ ਜਿੱਦਾਂ ਘਰ ਆਉਂਦਾ ਹੀ ਜਿਸਣੀਆਂ ਮੈਂ ਜ਼ੈਨਬ ਦੀਆਂ ਚੁੰਮਦਾ ਹਾਂ
ਮਰਹਬਾ 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 ਜ਼ਾਦਾਰੋ, ਮੈਂ ਸਦਕੇ ਥੀ ਪਵਾਂ ਮੁਰਜ਼ਾ, ਮੈਂ ਸਦਕੇ ਥੀ ਪਵਾਂ ਜਿਸਣੀਆਂ ਮੈਂ ਜ਼ੈਨਬ ਦੀਆਂ ਹੀ ਚੁੰਮਦਾਈ, ਸ਼ਬੀਰਤ ਨਹੀਂ ਤੜੀ ਆਈ ਤੂੰ ਸਦਕੇ, ਸ਼ਬੀਰਤ ਨਹੀਂ ਮੈਨੂੰ ਨਾਨੇ ਦੀ ਯਾਦ ਨਹੀਂ ਆਈ, ਠੱਡਾ ਸਾਹਿਬ ਵਰ ਗਿਆ ਦਿਨ ਵਤ ਮਾਂ ਦੀ ਯਾਦ ਆਈ ਉਹ ਸੀ ਆ, ਹੁਸੈਨ ਇਲਮੇ ਇਮਾਮਤ ਨਾਲ ਤੂੰ ਮਾਂ ਦੇ ਦੁੱਖ ਜਾਣਦਾ ਉਸੇ ਪੱਟੀਆਂ ਮੈਂ ਆਪ ਬੰਦੀ ਰਹੀ ਹਾਂ। ਵਾਹ ਬਈ ਵਾਹ, ਪੱਟੀਆਂ ਮੈਂ ਆਪ ਬੰਦੀ ਰਹੀ ਹਾਂ, ਨਹੀਂ ਨਹੀਂ ਮੈਨੂੰ ਮਾਂ ਦੀ ਯਾਦ ਹੀ ਨਹੀਂ ਆਈ, ਠੱਡਾ ਸਾਹਿਬ ਵਰ ਗਿਆ ਦਿਨ ਅੱਛਾ ਹੁਸੈਨ ਮਾਂ ਦੀ ਯਾਦ ਨਾ ਆਈ ਉਸੀ, ਵਤ ਬਿਰਾ ਹਸਨ ਦੀ ਯਾਦ, ਬਿਰਾ ਬਿਰਾ ਦੀ ਕਮਰ ਦਾ ਜ਼ੋਰ ਹੁੰਦਾ ਹੈ, ਅੱਜ ਜ਼ਮਾਨਾ ਤੇਰਾ ਦੁਸ਼ਮਣ ਹੈ, ਲੋਕ ਮੰਨਤਾਂ ਪੈ ਮੰਦਨ ਤੈਨੂੰ ਮਾਰਨ ਦੀਆਂ, ਜ਼ਮਾਨਾ ਤੇਰਾ ਦੁਸ਼ਮਣ ਹੈ, ਹੱਸਣ ਦੀ ਯਾਦ ਆਈ ਉਹ ਸੀ ਆ, ਰੋ ਕੇ ਪਿਆ ਦਿਨ ਮੇਰੇ ਵਾਲੇ ਪਾਸੇ ਵੇਖ ਤੁਸਾਂ ਤੀਰ ਲੱਗਦੇ ਡਿੱਠੇ, ਛਿੱਕੇ ਮੈਂ ਤੇ ਕਲਸੋਮ ਮਰਹਬਾ ਮਰਹਬਾ, ਛਿੱਕੇ ਮੈਂ ਤੇ ਕਲਜ਼ੂਮ ਅਸੀਂ ਬਹਿਣਾ ਛਿੱਕਦੀਆਂ ਰਹੀਆਂ, ਸਾਨੂੰ ਪਤਾ ਅਸਾਂ ਤੀਰ ਕਿਵੇਂ ਛਿੱਕੇ, ਨਹੀਂ ਨਹੀਂ ਮੈਨੂੰ ਫੇਰਾਂ ਹੱਸਣ ਦੀ ਯਾਦ ਨਹੀਂ ਆਈ, ਰੋ ਕੇ ਪਿਆ ਦਿਨ ਭੈਣ ਮਰੀ ਵਤ ਬਾਬੇ ਦੀ ਯਾਦ ਆਈ, ਬਾਬਾ ਬੜਾ ਬਹਾਦਰ ਏ, ਅੱਜ ਬਾਬਾ ਤੇਰੇ ਸਿਰ 'ਤੇ ਹੋਵੇ ਆ, ਕਹਿੰਦੀ ਜ਼ਰੂਰਤ ਆਈ ਹਾਏ ਹਾਏ ਹੁਸੈਨ ਬਾਬੇ ਦੀ ਯਾਦ ਆਈ ਸੀ, ਇਹ ਜੁਮਲਾ ਮੈਨੂੰ ਜਿੰਦ ਤੋਂ ਢੇਰ ਪਿਆਰਾ, ਕੋਈ ਨਾ ਥੱਕੇ ਯਾਰਾ, ਠੱਡਾ ਸਾਹਿਬ ਭਰ ਕੇ ਪਈ ਯਾਦੀਏ ਹੁਸੈਨ ਯਾਦ ਆਈ 19 ਰਮਜ਼ਾਨ ਜਦਾਂ ਬਾਬੇ ਨੂੰ ਜ਼ਰਬ ਲੱਗੀ ਆਈ, ਤੁਸੀਂ 17 ਬੇਰਾ ਜ਼ਖਮੀ ਬਾਬੇ ਨੂੰ ਚਾਹ ਕੇ ਘਰ ਲੈ ਆਇਆ ਹੈ, ਹੁਸੈਨ ਤੈਨੂੰ ਅੱਜ ਪਈ ਦੱਸਦੀ ਹਾਂ 3 ਦਿਹਾੜੇ ਮੈਂ ਪਿਓ ਦਾ ਸਿਰ ਝੋਲੀ 'ਚੋਂ ਨਾ ਕੱਢਿਆ, ਅਤੇ ਇਹ ਵੀ ਜਾਣਨਾ ਹੈ ਸਾਰੀ ਜ਼ਿੰਦਗੀ ਬਾਬਾ ਦਾ ਜ਼ੈਨਬ ਮੈਨੂੰ ਆਪਣਾ ਚਿਹਰਾ ਵਿਖਾ, 3 ਦਿਹਾੜੇ ਪਿਓ ਦਾ ਸਰ ਝੋਲੀ 'ਚ ਪਾ ਕੇ ਆ ਦੀ, ਅੱਖੀ ਖੋਲ ਮੈਂ ਤੇਰੀ ਗਰੀਬ ਧੀ ਹਾਂ ਬਾਬਾ, ਅੱਖੀ ਖੋਲ ਮੈਂ ਤੇਰੀ ਸੈਨ ਮਰਹਬਾ ਮਰਹਬਾ। ਚੱਲ ਆਪਣੇ ਗਮ 'ਚ ਮੈਂ ਬਿਸਮਿਲਾ ਕਰਾਂ, ਆਪਣੇ ਗਮ 'ਚ ਜ਼ਾਹਿਰ ਨਾ ਕਰੋ, ਠੱਡਾ ਸਾਹ ਭਰ ਕੇ ਆ ਦੇ ਨਹੀਂ ਮੈਨੂੰ ਬਾਬੇ ਦੀ ਯਾਦ ਹੀ ਨਹੀਂ ਆਈ, ਅਤੇ ਗੱਲ 'ਚ ਭਾਈ ਪਾ ਕੇ ਦੀਏ ਭੇਣ ਮਰੀ ਵਤ ਲੁਕ ਲੁਕ ਕੇ ਕਿਉਂ ਰੋਂਦਾ, ਮੈਂ ਤੇਰੀ ਆਦੀ ਭਾਈ ਵਾਲ ਹਾਂ ਮੈਨੂੰ ਦੱਸ ਅਲੈਦਾ ਬਹਿ ਕੇ ਕਿਉਂ ਰੋਂਦਾ, ਰੋ ਕੇ ਪਿਆ ਦੇ ਆਲੀਆ ਦੀਨ 'ਤੇ ਬਣ ਗਈ ਏ ਔਖੀ, ਨਾਨੇ ਦਾ ਦੀਨ ਏ ਬਿਮਾਰ ਹਾਏ, ਅਤੇ ਮੈਂ ਬਚਾਵਣਾ ਦੀਨ ਹਾਏ ਹੁਸੈਨ, ਪੈਰਾਂ 'ਤੇ ਹੱਥ ਲਾ ਕੇ ਆਦੀਏ ਘਬਰਾ ਹੀ ਨਹੀਂ, ਮੈਨੂੰ ਦੱਸ ਨਾ ਨਾਨੇ ਦੇ ਦੀਨ 'ਤੇ ਕੀ ਖਰਚਾ ਹੈ, ਸ਼ਬੀਰ ਟੱਡਾ ਸਾਹਿਬ ਵਰ ਗਿਆ ਦੇ ਤੇਰੀ ਚਾਦਰ ਤੇ ਮੇਰਾ ਸਾਰ ਹਾਏ ਹੁਸੈਨ, ਅੱਜ ਕਿਆਮਤ ਬਣ ਸੀ ਯਾਰ ਹਾਏ ਹੁਸੈਨ ਹਾਏ ਹੁਸੈਨ, ਤੇਰੀ ਚਾਦਰ ਤੇਰੀ ਚਾਦਰ ਤੇ ਮੇਰਾ ਸਰ, ਜਿੱਦਾਂ ਆਖਿਆ ਨਾ ਤੇਰੀ ਚਾਦਰ ਤੇ ਮੇਰਾ ਸਰ, ਜ਼ਿੰਦਗੀ 'ਚ ਪਹਿਲੀ ਵਾਰੀ ਸਰ ਤੂੰ ਚਾਦਰ ਲਾਈਏ ਸਰ, ਬਿਰਾ ਦੇ ਪਹਿਰਾ ਤੇਰਾ ਕਿਆਰੀਏ ਜਿਵੇਂ ਬਚਦੇ ਹੀ ਦੀਨ ਬਚਾ ਜਿਵੇਂ ਬਚਦੇ ਹੀ ਹੁਸੈਨ ਉਵੇਂ ਦੀਨ ਬਚਾ, ਇਹ ਭੈਣ ਦੀ ਚਾਦਰ ਹਾਜ਼ਰ, ਸ਼ਬੀਰ ਨੇ ਚਾਦਰ ਚਾਹੀਏ ਆਲੀਆ ਦੇ ਸਰ 'ਤੇ ਰੱਖੀ,
ਰੋ ਕੇ ਪਿਆ ਦੇ, ਚਾਦਰ ਸਰ ਤੇ ਰੱਖ, ਮੱਤਾਂ ਗਾਜ਼ੀ ਆ ਜਾਵੇ। ਇਹ ਚਾਦਰ ਸਿਰ ਤੇ ਰੱਖ, ਮੱਤਾਂ ਅਲਮਾ ਲਾ, ਅੱਬਾਸ ਆ ਜਾਵੇ। ਉਹ ਮਰਨ ਤੋਂ ਪਹਿਲੇ ਮਰ ਵੈਸੀ ਠੱਡਾ ਸਾਹਿਬ ਵਰ ਕੇ ਅੱਧ ਨਾ ਲਈ ਆ। ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ ਜਦੋਂ ਨਾਨਾ ਮੁਹੰਮਦ ਜੰਗ ਤੇ ਵਹਿੰਦਾ ਹੀ, ਕਿਤਨੇ ਅਲੀ ਨਾਲ ਹੁੰਦੇ ਹਨ? ਸ਼ਬੀਰਾ ਦਿਨ ਇੱਕ ਬਾਬਾ ਅਲੀ, ਅਤੇ ਜੰਗ ਦਾ ਫਾਤਿਹ ਕੌਣ ਹੁੰਦਾ ਹੀ? ਯਕੀਨਨ ਨਾਨਾ ਮੁਹੰਮਦ। ਸ਼ਬੀਰ ਠੱਡਾ ਸਾਹਿਬ ਵਰ ਕੇ ਅੱਧ ਨਾ ਲਈ ਆ, ਮੇਰੇ ਨਾਲ ਜ਼ਮਾਨੇ ਦੇ ਚਾਰ ਅਲੀ। ਕਹਿੰਦੀ ਜ਼ਰੂਰਤ ਏ, ਕੋਈ ਤੇਰੀ ਚਾਦਰ ਦਾ ਨਾ ਚਾਹੇ, ਕੋਈ ਮੇਰੇ ਸਰ ਦਾ ਨਾ ਚਾਹੇ। ਠੱਡਾ ਸਾਹਿਬ ਵਰ ਕੇ ਅੱਧ ਹੁਸੈਨ, ਉਹ ਮੈਨੂੰ ਆਪਣੇ ਚਾਰ ਅਲੀ ਤਗੀਣਾ, ਤੇਰੇ ਕਿਹੜੇ ਕਿਹੜੇ ਅਲੀ? ਸ਼ਬੀਰ ਠੱਡਾ ਸਾਹਿਬ ਵਰ ਕੇ ਅੱਧ, ਪਹਿਲਾ ਅਲੀ ਏ ਮੁਹੰਮਦ ਹਨਫੀਆ, ਦੂਜਾ ਅਲੀ ਏ ਮੁਸਲਿਮ ਬਿਨ ਅਕੀਲ, ਤੀਜਾ ਅਲੀ ਏ ਅਲਮਾਲਾ ਅਬਾਸ, ਤੇ ਘੱਟ ਮੇਰਾ ਸਜਾ ਦੀ ਨਹੀਂ। ਵਾਹਵਾ ਹਾਏ ਕਰਦੇ ਵੈ, ਥਕੇ ਨਹੀਂ ਯਾਰ, ਮੈਂ ਬਿਸਮਿਲਾ ਕਰਾਂ, ਘੱਟ ਮੇਰਾ ਸਜਾਦ ਸਜਾ ਦੀ ਨਹੀਂ। ਰੋ ਕੇ ਪਈਆ ਦੀ ਵੱਤ, ਅਗਰ ਇਹ ਚਾਰ ਅਲੀ ਰਵਨ ਮੇਰੇ ਨਾਲ। ਕਹਿੰਦੀ ਜ਼ਰੂਰਤ, ਕੋਈ ਤੇਰੇ ਸਿਰ ਦੇ ਤੇਰੀ ਚਾਦਰ ਦਾ ਨਾ ਚਾਹੇ, ਕੋਈ ਮੇਰੇ ਸਰ ਦਾ ਨਾ ਚਾਹੇ। ਅਤੇ ਰੋ ਕੇ ਪੈਦਨ ਵਾ, ਤੂੰ ਕੀ ਚਾਹੁੰਦਾ? ਸ਼ਬੀਰ ਠੱਡਾ ਸਾਹਿਬ ਵਰ ਕੇ ਦਿੰਦੇ ਨਾ ਮਸ਼ਵਰਾ, ਇਹ ਚਾਰ ਅਲੀ ਮੈਂ ਕਿੱਥੇ ਲੈ ਜਾਵਾਂ, ਕਿਹੜੀ ਕਿਹੜੀ ਮੰਜ਼ਲ 'ਤੇ ਮੈਂ ਕਿਹੜੇ ਕਿਹੜੇ ਅਲੀ ਨੂੰ ਹੌਸਲਾ ਦੇ ਸਾਂ? ਇਹ ਬਾਬੇ ਅਲੀ ਦੀ ਤਾਕਤ ਦੇ ਵਾਰਿਸ ਹਨ, ਉਹ ਮੈਂ ਸਦਕੇ ਧੀ ਪਾਏ ਵੱਡੇ ਜਲਾਲ ਆਲਨ। ਬੀਬੀ ਰੋ ਕੇ ਪਿਆਰੀ, ਆ ਮਸ਼ਵਰਾ ਤੈਨੂੰ ਮੈਂ ਦਿੰਦੀ ਹਾਂ। ਠੱਡਾ ਸਾਹਿਬ ਵਰ ਕੇ ਦੀ, ਮੁਹੰਮਦ ਹਨਫੀਆਂ ਨੂੰ ਭੇਜ ਮਦੀਨੇ, ਘਰ ਤੇਰੀ ਧੀ ਇਕੱਲੀ ਏ, ਅੱਗੇ ਮੁਸਲਮਾਨਾਂ ਅੱਗ ਲਾਈ ਅਤੇ ਬਾਬਾ ਬੁਝਾਵਣ ਅਲਾਹਾ, ਹੁਣ ਸਾਡੇ ਘਰ ਬੁਝਾਵਣ ਅਲਾ, ਬੁਝਾਵਣ ਅਲਾ ਕੋਈ ਨਹੀਂ, ਜੇ ਅੱਗ ਲੱਗ ਗਈ ਜ਼ਮਾਨੇ ਦੀ ਬਤੂਲ ਕਿੱਥੇ ਵੈਸੇ? ਹੁਸੈਨ ਦੀ ਧੀ ਕਿੱਥੇ ਵੈਸੀ? ਉਸਨੂੰ ਭੇਜ ਮਦੀਨੇ। ਦੂਸਰਾ ਲਈਏ ਮੁਸਲਿਮ ਬਿਨ ਅਕੀਲ, ਆਪਣਾ ਸਫੀਰ ਬਣਾ ਕੇ, ਆਪਣਾ ਵਕੀਲ ਬਣਾ ਕੇ ਉਸਨੂੰ ਭੇਜ ਕੂਫੇ ਦੇ। ਰਾਂ ਦੇ ਗੱਲ 'ਚ ਬਾਈ ਭਾਈ ਖਲੋਤੀ ਨਾ, ਅਤੇ ਸ਼ਬੀਰ ਠੱਡਾ ਸਾਹਿਬ ਵਰ ਕੇ ਦਿਨ ਆਲੀਆ, ਸਫੀਰ ਤੋਂ ਆਉਂਦੇ ਮੁਲਕਾਂ ਦੇ, ਸਫੀਰ ਤੋਂ ਆਉਂਦੇ ਮੁਲਕਾਂ ਦੇ, ਮੂੰਹ ਚੁੰਮ ਕੇ ਆ ਰਹੀ ਨਰਵਾ, ਤੂੰ ਕੈਨਾਤ ਦਾ ਸਰਦਾਰ ਹੈ, ਹਾਏ ਹਾਏ ਹਾਏ, ਤੂੰ ਜ਼ਮਾਨੇ ਦਾ ਸਰਦਾਰ ਹੈ। ਆਪਣਾ ਸਫੀਰ ਬਣਾ ਕੇ ਭੇਜ ਕੂਫੇ, ਖੱਤ ਪੈ ਆਉਂਦਨ, ਅਗਰ ਹਾਲਾਤ ਠੀਕ ਹੋਏ ਤੂੰ ਸਾਨੂੰ ਨਾਲ ਰਲਾ ਕੇ ਕੂਫੇ ਤੁਰ ਵੰਨੇ, ਉੱਥੋਂ ਨਜਫ ਵੀ ਕਰੀਬ ਏ, ਕੂਫੇ ਬਾਬੇ ਦੀ ਸ਼ਾਹੀ ਵੀ ਰਹੀ ਏ, ਲੋਕ ਸਾਡਾ ਹਯਾ ਕਹੇ ਦੇਣ, ਉਹਨਾਂ ਨੂੰ ਪਤਾ ਆਲੀਆ ਕਿਤਨੀ ਅਜ਼ਮਤ ਦੀ ਮਾਲ। ਸਦਕੇ ਪਿੱਛੇ ਬਚ ਗਏ ਦੋ ਅਲੀ, ਹਾਏ ਜ਼ਰੂਰ ਕਰੇ। ਅਤੇ ਬੀਬੀ ਠੱਡਾ ਸਾਹਿਬ ਵਰ ਕੇ ਆਦੀ, ਹੁਸੈਨ ਗਾਜ਼ੀ ਨੂੰ ਕਿਤੇ ਹੀ ਨਹੀਂ ਭੇਜਣਾ, ਅੱਬਾਸ 'ਚ ਮੇਰੀ ਇਹ ਜਿੰਦ, ਅੱਬਾਸ ਨੂੰ ਵੇਖਾਂ ਅਤੇ ਮੈਂ ਹਾਂ ਜੀਂਦੀ, ਅੱਬਾਸ ਨੂੰ ਕਿਤੇ ਹੀ ਨਹੀਂ ਭੇਜਣਾ। ਇੱਕ ਦਾ ਜ਼ਾਮਿਨ ਤੂੰ ਪੈ ਜਾ, ਦੂਜੇ ਦਾ ਜ਼ਾਮਿਨ ਹਾਏ ਕਰੀ ਯਾਰ, ਦੂਜੇ ਦਾ ਜ਼ਾਮਿਨ ਮੈਂ ਹਾਂ। ਸ਼ਬੀਰ ਠੱਡਾ ਸਾਹਿਬ ਵਰ ਕੇ ਦਿਨ, ਅੱਬਾਸ ਦੀ ਜ਼ਾਮਿਨ ਤੂੰ ਪੈ ਜਾ, ਸੱਜਾਦ ਦੀ ਜ਼ਾਮਿਨ ਮੈਂ ਹਾਂ। ਉੱਚਾ ਵਹਿਣ ਕਰਕੇ ਆਦਨ ਹੈ, ਹੁਸੈਨ ਵਾਤੀ ਪੋਤਰ ਦਾ ਜ਼ਾਮਿਨ ਬਣਿਆ ਹੈ।
ਮਰਹਬਾ ਮਰਹਬਾ, ਥੋੜ੍ਹਾ ਆਵਾਜ਼ ਵਧਾਵੀ ਮੇਰੇ ਬੱਚੇ, ਮੈਂ ਬਿਸਮਿਲਲਾ ਕਰਾਂ। ਵਾਤੀ ਪੁੱਤਰ ਦਾ, ਪੁੱਤਰ ਦਾ ਨਾਮ ਮੇਰੇ ਬਣੇ ਹੁਣ ਸ਼ਰੀਫੋਂ ਹੁਸੈਨ ਬਾਦਸ਼ਾਹ ਖੈਮੇ ਤੋਂ ਬਹਿਰ, ਅਜੇ ਹੁਸੈਨ ਵਸਦਾ। ਹਾਂ, 5000 ਬੰਦਾ ਹੁਸੈਨ ਦੇ ਹਮ ਰਕਾਬ ਹੋ ਕੇ ਸਫ਼ਰ ਕਰ ਰਹੇ, ਸਾਰਾ ਮੱਕਾ ਹੁਸੈਨ ਦੇ ਪਿੱਛੋਂ ਹੈ। ਸਰਕਾਰ ਬਹਿਰਾ ਸੱਡ ਮਾਰਨ ਨੇ, ਗਾਜ਼ੀ ਅੱਬਾਸ ਮੇਰਾ ਦਰਬਾਰ ਲਾਓ। ਦੇਰ ਨਹੀਂ ਲੱਗੀ, ਸਰਦਾਰ ਦਾ ਦਰਬਾਰ ਲੱਗ ਗਿਆ। ਕੁਰਸੀ 'ਤੇ ਆ ਕੇ ਬੈਠੇ ਜ਼ਹਰਾ ਦਾ ਚੰਨ, ਹੁਣ ਸਾਹਮਣੇ ਕੁਰਸੀਆਂ 'ਤੇ ਜਰਨੈਲ ਬਹਿ ਗਏ। ਇੱਕ ਕੁਰਸੀ 'ਤੇ ਮੁਹੰਮਦ ਹਨਫੀਆ, ਅਗਲੀ ਕੁਰਸੀ 'ਤੇ ਮੁਸਲਿਮ, ਅਗਲੀ ਕੁਰਸੀ 'ਤੇ ਅੱਬਾਸ, ਅਗਲੀ ਕੁਰਸੀ 'ਤੇ ਸੱਜਾਦ, ਉਸ ਤੋਂ ਅਗਲੀ ਕੁਰਸੀ 'ਤੇ ਆਉਣ ਇਬਨੇ ਅਲੀ, ਉਸ ਤੋਂ ਅਗਲੀ ਕੁਰਸੀ 'ਤੇ ਅਲੀ ਅਕਬਰ, ਉਸ ਤੋਂ ਅਗਲੀ ਕੁਰਸੀ 'ਤੇ ਹਾਏ ਹੁਸੈਨ ਅਮੀਰ ਕਾਸਿਮ, ਅਗਲੀ ਕੁਰਸੀ 'ਤੇ ਯਾਹੀਆ ਇਬਨੇ ਅਲੀ, ਅਗਲੀ ਕੁਰਸੀ 'ਤੇ ਮੁਹੰਮਦ ਇਬਨੇ ਅਲੀ, ਅਗਲੀ ਕੁਰਸੀ 'ਤੇ ਹਾਏ ਮੇਰਾ ਅੱਲਾ, ਹਾਏ ਮੇਰਾ ਅੱਲਾ। ਹੁਸੈਨ ਅਜੇ ਵਸਦਾ, ਜਰਨੈਲ ਸਾਹਮਣੇ ਬੈਠੇ, ਸ਼ਬੀਰ ਕੁਰਸੀ 'ਤੇ ਬੈਠੇ। ਹਾਏ, ਹੁਣ ਪਹਿਲੀ ਕੁਰਸੀ 'ਤੇ ਕੌਣ ਹੈ? ਮੁਹੰਮਦ ਹਨਫੀਆ। ਸ਼ਬੀਰ ਨੇ ਸੱਦ ਮਾਰੇ, ਮੁਹੰਮਦ ਮੁਹੰਮਦ। ਮੇਰਾ ਆਕਾ ਆਪਣੀ ਕੁਰਸੀ ਤੋਂ ਉੱਠੇ, ਜੀ ਸਰਦਾਰ ਹੁਕਮ। ਮੈਂ ਕੌਣ ਆ? ਤੁਸੀਂ ਹੁਜਤ ਖੁਦਾ, ਸਾਡੀਆਂ ਜਾਨਾਂ ਦੇ ਮਾਲਿਕ, ਹੈ ਵਕਤ ਦੇ ਇਮਾਮ। ਸ਼ਬੀਰਾ ਦੇ, ਅਗਰ ਮੈਂ ਗਰੀਬ ਹੁਸੈਨ ਤੁਹਾਡੇ ਕੋਲੋਂ ਕੁਝ ਮੰਗਾਂ, ਮੈਨੂੰ ਦੇਸੋ। ਉੱਚਾ ਵਹਿਣ ਕਰਕੇ ਆਦਾ, ਬਤੂਲ ਦਾ ਪੁੱਤਰ ਝਿਕੀਆਂ ਗੱਲਾਂ ਨਾ ਕਰ, ਸਾਰਾ ਹਾਜ਼ਰ ਹੈ। ਸ਼ਬੀਰਾ ਦਾ, ਜਿਹੜੀ ਆ ਪਾਬੰਦੀਆਂ ਮੈਂ ਲਾਉਣੀਆਂ ਨਾ, ਬੜੀਆਂ ਹੀ ਔਖੀਆਂ। ਹੁਣ ਮੁਹੰਮਦ ਹਨਫੀਆ ਤੁਰ ਪਿਆ, ਪੈਰਾਂ 'ਤੇ ਹੱਥ ਲਾ ਕੇ ਦੇ, ਸਰਦਾਰ ਇਹੋ ਜਿਹੀਆਂ ਗੱਲਾਂ ਨਾ ਕਰ, ਮੈਨੂੰ ਦੱਸ ਕੀ ਵਜ੍ਹਾ? ਠੱਡਾ ਸਾਹਿਬ ਭਰ ਕੇ ਦਿਨ, ਕਰ ਤਿਆਰੀ, ਤੂੰ ਵੰਜਣਾ ਮਦੀਨੇ, ਮੇਰੀ ਧੀ ਘਰ ਇਕੱਲੀ ਹੈ। ਹੁਣ ਮੁਹੰਮਦ ਹਨਫੀਆ ਪੈਰਾਂ 'ਤੇ ਹੱਥ ਲਾ ਕੇ ਦੇ, ਤੇਰਾ ਨੌਕਰ ਵੀ ਆ, ਤੇਰੀ ਅਤਾਤ ਮੇਰੇ 'ਤੇ ਵਾਜਿਬ ਹੈ, ਤੂੰ ਵਕਤ ਦਾ ਇਮਾਮ ਹੈ, ਲੇਕਿਨ ਮੈਂ ਤੇਰਾ ਛੋਟਾ ਬਿਰਾ ਵੀ ਤਾਂ ਹਾਂ। ਮੈਂ ਮੌਲਾ ਤੇਰੇ ਨੌਕਰ ਹੋਵਣ ਦੀ ਹੈਸੀਅਤ ਨਾਲ ਅਰਜ਼ ਕਰਨਾ ਚਾਹੁੰਦਾ, ਤੁਸੀਂ ਦੱਸੋ, ਮੈਂ ਮਦੀਨੇ ਅਤੇ ਤੁਸੀਂ ਸ਼ਬੀਰਾ ਦੇ, 15 ਰਮਜ਼ਾਨ ਹੈ, 8 ਦਿਲ ਹੱਜ ਨੂੰ ਬੱਧੇ ਆਰਾਮ ਕਰੋੜ ਕੇ, ਅਮੀਰ ਭੈਣਾਂ ਨੂੰ ਨਾਲ ਰਲਾ ਕੇ, ਮੈਂ ਕਰਬਲਾ ਦੇ ਜੰਗਲ 'ਚ ਤੁਰ ਵੈਸਾਂ। ਪੈਰਾਂ 'ਤੇ ਹੱਥ ਲਾ ਕੇ ਆਉਂਦਾ, ਜਿੱਥੇ ਦਿਲ ਆ ਵੀ ਤੁਰ ਜਾ, ਮਾਂ ਦੀ ਚਾਦਰ ਦਾ ਵਾਸਤਾ ਹੀ ਜ਼ੈਨਬ ਦੇ ਉੱਠ ਦੀ ਮਹਾਰ ਮੈਂ ਨੱਚਾ ਦੇ। ਓ ਮੈਂ ਜਾਣਾ ਤੇ ਮਦੀਨਾ ਜਾਣੇ, ਇਹ ਅਲੀ ਦੀਆਂ ਧੀਆਂ, ਇਰਾਕ ਦੇ ਬਦਮਾਸ਼ ਲੋਕ। ਮਰਹਬਾ ਮਰਹਬਾ ਮਰਹਬਾ, ਗਰਮੀ ਹਰ ਗਈ ਹੈ ਯਾਰ ਜੀ। ਮੈਂ ਨੌਕਰ ਹਾਂ ਬਾਬਾ ਜੀ, ਮੈਂ ਬਾਬਾ ਜੀ ਨੌਕਰ, ਮੈਂ ਹਰ ਅਜ਼ਾਦਾਰ ਦਾ ਨੌਕਰ ਹਾਂ ਜੀ। ਮੈਂ ਸਦਕੇ ਥੀ ਪਏ ਹੈ, ਮੈਂ ਸਦਕੇ ਇਰਾਕ ਦੇ ਬਦਮਾਸ਼ ਲੋਕ। ਬੇਸ਼ੱਕ ਜਿੱਥੇ ਦਿਲ ਆ ਵੀ ਤੁਰ ਜਾ, ਭੈਣਾਂ ਦੇ ਉੱਠ ਦੀ ਮਹਾਰ ਮੈਨੂੰ ਚਦੇ। ਸ਼ਬੀਰ ਠੰਡਾ ਸਾਹਿਬ ਭਰ ਕੇ ਆਦਿ, ਨਹੀਂ ਨਿਭਦੀ ਮੇਰੀ, ਨਹੀਂ ਨਿਭਦੀ ਆਲੀਆ ਸਿਵਾ, ਭੈਣ ਮੇਰੇ ਨਾਲ ਵੈਸੀ। ਅਗਲੇ ਕੁਰਸੀ 'ਤੇ ਕੌਣ ਬੈਠੇ? ਮੁਸਲਿਮ ਬਿਨ ਨਕੀ। ਸ਼ਬੀਰ ਨੇ ਸੱਦ ਮਾਰਿਆ, ਮੁਸਲਿਮ ਮੁਸਲਿਮ। ਜਨਾਬੇ ਮੁਸਲਿਮ ਆਪਣੀ ਕੁਰਸੀ 'ਤੇ ਉੱਠਣ, ਜੀ ਸਰਦਾਰ। ਮੁਸਲਿਮ ਮੈਂ ਕੌਣ ਹਾਂ? ਤੁਸੀਂ ਹੁਜਤ ਖੁਦਾ, ਸਾਡੀਆਂ ਜਾਨਾਂ ਦੇ ਮਾਲਿਕ, ਵਕਤ ਦੇ ਇਮਾਮ। ਸ਼ਬੀਰ ਠੰਡਾ ਸਾਹ ਭਰ ਕੇ ਦੇ, ਚਾਚੇ ਦਾ ਪੁੱਤਰ ਹਾਏ ਮੁਸਲਿਮ, ਅਗਰ ਮੈਂ ਗਰੀਬ ਹੁਸੈਨ
ਮੈਂ ਮੁਸਾਫਿਰ ਹੁਸੈਨ, ਮੈਂ ਪਰਦੇਸੀ ਹੁਸੈਨ, ਮੈਂ ਅੱਲਾ ਰਾਸੀ ਹੁਸੈਨ, ਤੇਰੇ ਕੋਲ ਕੁਝ ਮੰਗਾ। ਹੁਣ ਤਲਵਾਰ ਗਰਦਨ ਤੇਰਾ ਕਿਆ ਦੈ, ਜਿਗੀਆਂ ਗੱਲਾਂ ਨਾ ਕਰ, ਸਰ ਹਾਜ਼ਰ ਏ ਸ਼ਬੀਰਾ ਦੇ ਜਿਹੜੀਆਂ ਪਾਬੰਦੀਆਂ। ਹਾਂ ਮਰਹਬਾ ਮਰਹਬਾ, ਜਿਹੜੀਆਂ ਪਾਬੰਦੀਆਂ ਮੈਂ ਲਾਉਣੀਆਂ ਨਾ, ਉਹ ਬੜੀਆਂ ਹੀ ਔਖੀਆਂ, ਉਹ ਬੜੀਆਂ ਹੀ ਔਖੀਆਂ। ਮੌਲਾ ਤੁਸੀਂ ਹੁਕਮ ਕਰੋ, ਸ਼ਬੀਰ ਠੱਡਾ ਸਾਹਿਬ ਬਰ ਕੇ ਦਿਨ ਮੇਰਾ ਸਫੀਰ ਬਣ ਕੇ, ਮੇਰਾ ਵਕੀਲ ਬਣ ਕੇ ਤੁਸਾਂ ਵੰਜਣਾ ਏ ਕੂਫੇ। ਮੈਨੂੰ ਮਿੰਬਰ ਦੀ ਕਸਮ ਏ, ਅਤਾਤ ਇਸ ਦਾ ਨਾਂ ਏ, ਦੋਵੇਂ ਹੱਥ ਮੱਤੇ ਤੇ ਰੱਖ ਕੇ ਦੇ ਬਤੂਲ ਦਾ ਪੁੱਤਰ, ਇੱਥੋਂ ਵੰਜਾਂ ਜਾਂ ਧੀਆਂ ਨੂੰ ਮਿਲ ਲਵਾਂ। ਸਈਆ ਦਾ ਮਿਲ ਲੈ, ਤੂੰ ਵੱਤ ਕੋਈ ਨਹੀਂ ਬਲਣਾ, ਉਹ ਤੇਰੀਆਂ ਧੀਆਂ ਇੱਕ ਸ਼ਾਮ ਏ ਗਰੀਬਾਂ, ਇੱਕ ਕੂਫੇ ਦਾ ਜ਼ਿੰਦਾਨ। ਮਰਹਬਾ 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 ਜੀ ਮਰਹਬਾ। ਹੌਸਲਾ ਜੀ, ਮੈਂ ਸਦਕੇ ਥੀ ਪਵਾਂ, ਮੈਂ ਕੁਰਬਾਨ ਥੀ ਵੰਜਾਂ, ਧੀਆਂ ਨੂੰ ਮਿਲ ਲੈ। ਹੁਣ ਅਗਲੀ ਕੁਰਸੀ 'ਤੇ ਮੁਰਜ਼ਾ ਕੌਣ ਏ? ਅਲਮਾਲਾ ਅਲਮਾਲਾ ਅੱਬਾਸ। ਔਰ ਕੱਲ੍ਹ ਮੇਰੇ ਹਿੱਸੇ ਦੀ ਮਜਲਿਸ ਹੋ ਗਈ ਇਸ ਜੁਮਲੇ 'ਤੇ, ਕੌਣ ਬੈਠੇ? ਅਲਮਾਲਾ ਅੱਬਾਸ। ਗਾਜ਼ੀ ਦੀ ਕਿਹੜੀ ਹਾਲਤ ਏ? ਅੱਬਾਸ ਹੱਥ ਪਿਆ ਮਲਦਾ ਅਤੇ ਰੋ ਰੋ ਕੇ ਪਿਆ ਦੇ, ਮੁਹੰਮਦ ਹਨਫੀਆ ਟੁਰ ਗਿਆ ਮਦੀਨੇ, ਮੁਸਲਿਮ ਨਕੀਲ ਟੁਰ ਗਿਆ ਕੂਫੇ, ਇਹ ਸ਼ਾਲਾ ਮੈਨੂੰ ਕਿਦਈ ਨਾ ਭੇਜੇ, ਸ਼ਾਲਾ ਮੈਨੂੰ ਇਹ ਕਿਦਈ ਨਾ ਭੇਜੇ, ਮੇਰੀ ਇਹਨਾਂ ਸਿਵਾ ਨਹੀਂ ਨਿਭਦੀ, ਮੈਂ ਮਰਨ ਦੇ ਬਾਅਦ। ਮਰਹਬਾ ਮਰਹਬਾ ਗਾਜ਼ੀ ਆਦੇ, ਮੈਂ ਮਰ ਵੈਸਾਂ, ਸ਼ਾਲਾ ਮੈਨੂੰ ਕੀ, ਸ਼ਾਬਾਸ਼ ਸ਼ਾਬਾਸ਼, ਸ਼ਾਲਾ ਮੈਨੂੰ ਕੀ ਦਹੀ ਨਾ ਭੇਜੇ, ਮੈਂ ਕਿਦਈ ਨਾ ਵੇਖਾਂ, ਮੇਰੀ ਜ਼ੈਨਬ ਸਿਵਾ ਨਹੀਂ ਨਿਭਦੀ, ਉਹ ਮੇਰੀ ਹੁਸੈਨ ਸਿਵਾ। ਹਾਏ ਸ਼ਬੀਰ ਨੇ ਸੱਡ ਮਾਰਿਆ, ਹੌਸਲਾ, ਸ਼ਬੀਰ ਨੇ ਸੱਡ ਮਾਰਿਆ। ਅੱਬਾਸ 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 ਨਹੀਂ ਉੱਠਿਆ, ਨਾਸਰ ਅੱਬਾਸ ਦੀ ਕੰਬਦੀ ਹੋਈ ਲਾਸ਼ ਉੱਠੀ ਏ। ਅੱਬਾਸ ਜੀ, ਮੈਂ ਨੌਕਰ ਜੀ, ਮੈਂ ਸਰਦਾਰ, ਮੈਂ ਤੇਰਾ ਨੌਕਰ ਆ ਜੀ, ਮੈਂ ਕਿੱਥੇ ਜਾਣਾ ਜੀ, ਮੇਰੇ ਵਾਸਤੇ ਕੀ ਹੁਕਮ ਏ? ਅੱਗੇ ਦੋ ਜਰਨੈਲ ਟੁਰ ਗਏ, ਮੌਲਾ ਮੇਰੇ ਵਾਸਤੇ ਕੀ ਹੁਕਮ ਹੈ, ਮੈਂ ਕਿੱਥੇ ਜਾਣਾ? ਸ਼ਬੀਰ ਉੱਚਾ ਵਹਿਣ ਕਰਕੇ ਆ ਦਿਨ ਜ਼ੈਨਬ ਦੇ ਖੈਮੇ, ਹਾਏ ਹੁਸੈਨ ਹਾਏ ਹੁਸੈਨ। ਨਾਸਰ ਮੇਰਾ ਯਕੀਨ ਜਿੱਥੇ ਮਜਲਿਸ ਪਹੁੰਚ ਗਈ ਹੈ, ਤੁਸਾਂ ਅਗਾਂਹ ਨਹੀਂ ਬਰਦਾਸ਼ਤ ਕਰਨਾ। ਹੁਣ ਗਾਜ਼ੀ ਤੁਰਿਆ ਕਿਵੇਂ? ਜਿਤਨੇ ਅਜ਼ਾਦਾਰ ਹੋ, ਬਾਨੀ ਦੀ ਸਾਲ ਦੀ ਮਿਹਨਤ ਹੁੰਦੀ, ਵੇਖੀ ਮੇਰੇ ਪਾਸੇ ਅਲਮਾਂ ਲੱਗ ਗਏ ਨਾ, ਆਲੀਆਂ ਦੇ ਖੈਮੇ ਸੀਨਾ ਕੱਢ ਕੇ ਆਉਂਦਾ ਹੀ। ਇਸ ਵਾਸਤੇ ਵੀ ਇਹ ਜੰਗਲ ਏ ਅਤੇ ਆਲੀਆ ਘਬਰਾਵੇ ਨਹੀਂ। ਹਾਂ ਤਲਵਾਰ ਗਾਜ਼ੀ ਦੇ ਹੱਥ 'ਚ ਹੋਵੇ ਆ ਅਤੇ ਅੱਬਾਸ ਖੈਮੇ 'ਚ ਆਵੇ ਆ, ਬਈ ਅੱਬਾਸ ਮੇਰੀ ਸਹਿਣ ਘਬਰਾਵੇ ਨਹੀਂ, ਭਾਵੇਂ ਜੰਗਲ। ਔਰ ਯਾਦ ਰੱਖਿਆ, ਇੰਜ ਮਾਣ ਆਈ ਨਾ ਅਲੀ ਦੀ ਧੀ ਨੂੰ ਅੱਬਾਸ 'ਤੇ, ਕਰਬਲਾ ਦਾ ਜੰਗਲ, ਮੇਰੇ ਨਾਨਾ ਜੀ ਯਾਦ ਆਉਂਦੇ ਹਨ, ਕਰਬਲਾ ਦਾ ਜੰਗਲ ਜ਼ਹਰਾ ਦੀਆਂ ਧੀਆਂ ਨੂੰ ਇੰਜ ਲੱਗਦਾ ਜਿਵੇਂ ਨਾਨੇ ਮੁਹੰਮਦ ਦਾ ਸ਼ਾਰ ਮਦੀਨਾ। ਹਾਏ ਹੁਸੈਨ ਮਰਹਬਾ ਮਰਹਬਾ ਮਰਹਬਾ। ਅੱਛਾ ਹੌਸਲਾ ਬਈ, ਹੌਸਲੇ ਨਾਲ ਜੁਮਲਾ ਸੁਣਿਆ ਬਈ, ਹੌਸਲੇ ਨਾਲ ਸੁਣੇ। ਹੁਣ ਅੱਬਾਸ ਅੱਜ ਕਿਵੇਂ ਤੁਰਿਆ? ਅੱਬਾਸ ਨਾ ਕੋਨੀਆਂ ਦੇ ਬਾਹਰ ਖੇਮੇ 'ਚ ਤੁਰਨਾ ਸ਼ੁਰੂ ਕੀਤਾ। ਹਰ ਕਿਸੇ ਵੇਖਿਆ ਬੁਆਣੇ ਵਾਲਿਓ ਜਿਵੇਂ ਉਸ ਵੇਖਿਆ ਨਾ, ਜੈ ਅੱਬਾਸ ਨੂੰ ਉਂਗਲੀ ਨੱਪ ਕੇ
ਤੁਰਨ ਦਾ ਵੱਲ ਸਿਖਾਇਆ ਹੈ। ਬੀਬੀ ਬਾਜ ਪਈ ਹੈ, ਇੱਥੋਂ ਅੱਬਾਸ ਦਾ ਮੂੰਹ ਨੱਪ ਰਿਹਾ ਜਿਵੇਂ ਨਿਮਾਜ਼ੀ ਤਸ਼ਦ ਚ ਬਲਦਾ। ਮੇਰੀ ਸੈਣ ਮਿੱਟੀ ਤੇ ਬੈਗੀ ਰੋ ਕੇ ਪਈ ਆ ਦੀ ਅਲਮਾ ਲਾ, ਉਹ ਮੇਰਾ ਅੱਬਾਸ ਤੂੰ ਰੋਸੇ ਤੇ ਜ਼ੈਨਬ ਮਰ ਵੇ ਸੀ ਮੇਰੇ ਸਾਹਮਣੇ ਨਾ ਰੋ। ਹਾਏ ਉੱਚਾ ਵੇਣ ਕਰ ਗਿਆ ਤੇ ਬੀਬੀ ਦੱਸਣ ਆਇਆ ਮੁਹੰਮਦ ਹਨਫੀਆ ਮਦੀਨੇ ਟੁਰ ਗਿਆ, ਮੁਸਲਿਮ ਕੂਫੇ ਟੁਰ ਗਿਆ। ਅਮੀਰ ਭਿਰਾ ਨੂੰ ਆਖ ਮੈਨੂੰ ਕਿਦਈ ਨਾ ਭੇਜੇ, ਮੇਰੀ ਤੁਹਾਡੇ ਬਗੈਰ ਨਹੀਂ ਨਿਭਦੀ। ਇੰਜ ਗੱਲ ਚ ਮਾਈ ਪਾ ਕੇ ਆਦਾ ਹੈ ਅੱਬਾਸ ਤੂੰ ਆਦੈ ਤੇਰੀ ਮੇਰੇ ਬਗੈਰ ਨਹੀਂ ਨਿਭਦੀ। ਹਰ ਤਹੱਜਦ ਦੀ ਨਮਾਜ਼ ਚ ਮੈਂ ਦੁਆ ਮੰਗਨੀ ਆ ਜਿਤਨਾ ਤੂੰ ਜੀਵੇਂ ਮੈਂ ਉਤਨਾ, ਹਾਂ ਤੇਰੇ ਇਲਾਵਾ ਮੇਰਾ ਜੀਵਨ ਮਾਤਾ। ਮਰਹਬਾ 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 ਮਰਹਬਾ, ਗਰਮੀ ਹਰ ਗਈ ਹੈ ਭਾਈ। ਮਰਹਬਾ ਮਰਹਬਾ ਆਵੇਗ ਸੈਣ ਰੁਕਈਆ, ਇਹਨਾਂ ਪਰਦੇਦਾਰਾਂ ਚ ਆ ਗਈ ਹੈ, ਲਾਹੌਰ ਦੀ ਮਲਕਾ ਆ ਗਈ ਹੈ। ਬਾਬਾ ਤੂੰ ਪੈਦਲ ਕਾਫਲਾ ਲੈ ਕੇ ਵਹਿੰਦਾ, ਮੈਨੂੰ ਮਿੰਬਰ ਦੀ ਕਸਮ ਹੈ ਅੱਜ ਬੀਬੀ ਆਪ ਆਈ ਹੋਈ ਉਸੇ ਜੀ। ਮੈਂ ਸਦਕੇ ਜੀ ਮੈਂ ਬਿਸਮਿਲਾ ਕਰਾਂ ਜੀ ਮੈਂ ਜੀ ਮਿਲਾ। ਅੱਛਾ ਵੱਧ ਆਖਾਂ ਬੀਬੀ ਉੱਚਾ ਵਹਿਣ ਕਰਕੇ ਆ ਦੀ ਤੂੰ ਆਦੈ ਤੇਰੀ ਮੇਰੇ ਸਿਵਾ ਨਹੀਂ ਨਿਭਦੀ। ਉਹ ਮੇਰਾ ਅਲਮਾ ਲਾ ਮੈਂ ਹਰ ਤਹੱਜਦ ਦੀ ਨਮਾਜ਼ ਚ ਦੁਆ ਮੰਗਦੀ ਹਾਂ ਜਿਤਨਾ ਤੂੰ ਜੀਵੇਂ ਨਾ ਮੈਂ ਜ਼ੈਨਬ ਦਾ ਜੀਵਾ। ਉਹ ਮੇਰਾ ਅਲਮਾ ਲਾ ਤੇਰੇ ਬਗੈਰ ਜ਼ੈਨਬ ਦਾ ਜੀਵਨ ਕੂੜ। ਹੌਸਲਾ ਭਾਈ ਹੌਸਲਾ, ਮੈਂ ਸਦਕੇ ਥੀ ਪਵਾਂ ਹੈ ਹੁਸਨ ਔਰ ਤਿਆਰੀ ਮੁਸਲਿਮ ਦੀ ਕੋਈ ਬਰਦਾਸ਼ਤ ਹੀ ਨਹੀਂ ਕਰ ਸਕਦਾ ਜਿਤਨੇ ਅਜਾ ਡਰ ਹੋ। ਹੁਣ ਮੇਰੀ ਸੈਣ ਨੇ ਨਾ ਗਾਜ਼ੀ ਨੂੰ ਹਾਂ ਨਾ ਲਾ ਲਿਓ ਅਤੇ ਬੀਬੀ ਰੋਕ ਕੇ ਪਿਆ ਦੀ ਗਾਜ਼ੀ ਜੇ ਸਾਡੇ ਨਾਲ ਰਹਿਣਾ ਹੀ ਨਾ ਤਾਂ ਵੱਤ ਮੇਰੀ ਗੱਲ ਸੁਣ ਲੈ। ਮੈਂ ਤੇਰੀ ਬਣੀ ਹਾਂ ਜ਼ਾਮਿਨ, ਅੱਜ ਦੇ ਬਾਅਦ ਤੂੰ ਮੇਰਾ ਜ਼ਾਮਿਨ, ਮੈਂ ਤੇਰੀ ਜ਼ਾਮਿਨ। ਜਿੱਥੇ ਮੇਰਾ ਗਰੀਬ ਭਿਰਾ ਜਿੱਥੇ ਮੇਰਾ ਪਰਦੇਸੀ ਵਿਰਾਗ ਸੀ ਖੇਮੇ ਲਾਉਣੇ ਵੀ ਨਹੀਂ ਖੇਮੇ ਵੱਢਣੇ ਵੀ ਪੌਸੇ ਨੇ, ਪੈਰਾਂ 'ਤੇ ਹੱਥ ਲਾ ਕੇ ਤਾਂ ਬੀਬੀ ਹੋ ਜਾ ਜ਼ਾਮਿਨ। ਬੀਬੀ ਆਦੀ ਅਜੇ ਆਖ ਕੇ ਤੇਰਾ ਇਮਤਿਹਾਨ ਲਵਾਂ। ਉੱਚਾ ਵੇਣ ਕਰਕੇ ਆ ਦਿਨ ਅੱਬਾਸ ਅਗਰ ਕੋਈ ਅਕਬਰ ਦੇ ਸੀਨੇ ਬਰਛੀ ਮਾਰੇ, ਹੁਣ ਮਾਤਮ ਕਰੀ ਭਾਈ, ਕੋਈ ਅਕਬਰ ਦੇ ਸੀਨੇ ਬਰਛੀ ਮਾਰੇ ਅੱਬਾਸ ਦੇ ਜਿਸਮ 'ਚ ਕੱਪ ਕੱਪੀਏ। ਅੱਬਾਸ ਚੁੱਪੇ, ਅੱਬਾਸ ਹੌਸਲੇ 'ਚ ਉੱਚ ਵੈਣ ਕਰਕੇ ਆ ਦੀਏ। ਕਾਸਿਮ ਜ਼ਿੰਦਾ ਹੋਵੇ, ਕੋਈ ਲਾਸ਼ 'ਤੇ ਘੋੜੇ ਭਜਾਵੇ, ਗਾਜ਼ੀ ਦੇ ਪੈਰ ਜ਼ਮੀਨ 'ਚ ਪਹਿਲਾਉਂਦੇ ਨੇ। ਉੱਚ ਵੈਣ ਕਰਕੇ ਆ ਦੀਏ, ਕੋਈ ਆਉਣ ਮੇਰੇ ਨੂੰ ਦੇਜ਼ੇ 'ਤੇ ਚਾਵੇ, ਗਾਜ਼ੀ ਦੇ ਪੈਰ ਜ਼ਮੀਨ 'ਚ ਲਹਿ ਗਏ। ਉੱਚ ਵੈਣ ਕਰਕੇ ਆ ਦੀਏ, ਹੁਣ ਸਰ ਚਾ ਸਿਰ ਤੂੰ ਚਾਦਰ ਲਾ ਕੇ ਆ ਦੇਣ, ਕੋਈ ਮੇਰੀ ਚਾਦਰ ਦਾ ਨਾ ਗਾਜ਼ੀ ਜ਼ਮੀਨ ਤੇ ਚੜ ਕੇ ਆ ਦੇ, ਮੈਂ ਤਮਾਨਾ ਉਲਟ ਦੇਵਾਂ। ਮਾਇਰਾ ਕਰਾ ਬਾਜਾ ਬੀਬੀ ਮੈਂ ਹਰ ਸ਼ੈ ਫਨਾ ਕਰ ਦੇ। ਹੌਸਲਾ ਹੌਸਲਾ ਮਰਹਬਾ ਜੀ ਨੌਕਰ ਜੀ ਮਸਲਾ ਜੀ ਮੈਂ ਬਿਸਮਿਲਾ ਕਰਾਂ। ਗਾਜ਼ੀ ਅਦਾ ਇਰਾ ਕਰਾ ਬਾਜਾ ਬੀਬੀ ਮੈਂ ਹਰ ਸ਼ੈ ਗਰਕ ਕਰ ਦੇਵਾਂ, ਕੋਈ ਤੇਰੀ ਚਾਦਰ ਦਾ ਨਾ ਚਾਵੇ। ਬੀਬੀ ਰੋ ਕੇ ਆ ਰਹੀ, ਬਸ ਉੱਥੇ ਹੀ ਹੌਸਲਾ ਕਰਨਾ ਪਾਸੀ
ਹਾਦੇ ਬੀਬੀ ਹੈ ਤੇ ਮੇਰਾ ਕਤਲ, ਪਰ ਬੀਬੀ ਪੈ ਜਾ ਜ਼ਾਮਿਨ ਹੈ। ਹੈ ਹੁਸੈਨ ਅੱਬਾਸ ਉੱਠਣ ਲੱਗੇ ਤੇ ਇੱਕ ਗੱਲ ਗਾਜ਼ੀ ਜ਼ਰੂਰ ਕੀਤੀ ਹੈ, ਪੈਰਾਂ 'ਤੇ ਹੱਥ ਲਾ ਕੇ ਆਦਾ, ਬੀਬੀ ਇੱਕ ਗੱਲ ਹੁਣ ਜ਼ਿਹਨ 'ਚ ਰੱਖਿਆ ਹੈ, ਤੁਹਾਡੇ ਨਾਲ ਤਾਂ ਮੈਂ ਹਾਂ ਪਰ ਮੈਂ ਹੁਣ ਜੀਂਦਾ ਨਹੀਂ। ਅੱਜ ਦੇ ਬਾਅਦ ਅੱਬਾਸ ਦਾ ਜਨਾਜ਼ਾ ਤੁਹਾਡੇ ਨਾਲ, ਬੀਬੀ ਮੈਨੂੰ ਹੁਣ ਜ਼ਿੰਦਾ ਨਾ ਸਮਝੀ। ਅਲਮਾ ਲਾ ਬਹਿ ਰਹੇ, ਸ਼ਬੀਰ ਨੇ ਫਰਮਾਇਆ ਕਿ ਅੱਬਾਸ ਜਾਓ ਖੈਮੇ 'ਚ ਐਲਾਨ ਕਰੋ, ਸਾਰੀਆਂ ਬੀਬੀਆਂ ਨੂੰ ਆਖੋ ਮੇਰੇ ਭਰਾ ਮੁਸਲਿਮ ਦੇ ਖੈਮੇ 'ਚ ਇਕੱਠੀਆਂ ਹੋਵੋ, ਮੈਂ ਆਪਣੇ ਭਰਾ ਮੁਸਲਿਮ ਨੂੰ ਸਫੀਰ ਬਣਾ ਕੇ ਕੂਫੇ ਭੇਜ ਰਿਹਾ। ਹਰ ਕਿਸੇ ਸੁਣਿਆ ਇਹ ਜੁਮਲੇ ਮੇਰੇ ਬਾਬਾ ਜੀ ਦੇ, ਮਾਲਿਕ ਦਰਜਾਤ ਬੁਲੰਦ ਫਰਮਾਵੇ, ਮੈਂ ਉਹਨਾਂ ਦੀ ਜ਼ਬਾਨੀ ਜੁਮਲੇ ਸੁਣੇ। ਜਦਾਂ ਐਲਾਨ ਕੀਤਾ ਨਾ ਅਲਮਾ ਲੈ, ਅਤੇ ਮੇਰੀ ਸੈਣ ਕਲਸੋਂ ਭੱਜ ਪਈ, ਆਲੀਆ ਦੇ ਖੈਮੇ 'ਚ ਆਈਏ ਅਤੇ ਗੰਲ 'ਚ ਬਾਈ ਪਾ ਕੇ ਆਦੀ, ਸੁਣੇ ਜਿਵੇਂ ਅੱਬਾਸ ਐਲਾਨ ਪਿਆ ਕਰਦਾ ਹੈ। ਹਾਏ ਹਾਏ, ਇਸ ਐਲਾਨ ਤੋਂ ਮਾਲੂਮ ਹੁੰਦਾ ਮੁਸਲਿਮ ਜੀਂਦਿਆਂ ਨਹੀਂ ਵਲਣਾ। ਮੈਂ ਸਦਕੇ ਬਾਕੀ ਮਜਲਿਸ ਕੱਲ੍ਹ ਜੋੜੀ ਦੀ ਸ਼ਹਾਦਤ 'ਚ ਪੜਸਾਂ ਵੀ ਜਿਵੇਂ ਜਨਾਬੇ ਮੁਸਲਿਮ ਤੁਰੇ, ਕਿਵੇਂ ਮੇਰੀ ਸੈਣ ਪੁੱਤਰ ਤਿਆਰ ਕੀਤੇ, ਕਿਵੇਂ ਭਾਰਤਾਂ ਦਿੱਤੀਆਂ, ਸ਼ਰੀਫੋਂ ਤਿਆਰੀ ਹੋਈ ਜਨਾਬੇ ਮੁਸਲਿਮ ਦੀ, ਜਿਤਨੇ ਅਜ਼ਾਦਾਰ ਹੋ। ਹੁਣ ਘੋੜਾ ਅੱਬਾਸ ਦੇ ਹੱਥ 'ਚ, ਮੁਸਲਿਮ ਦੇ ਹੱਥ 'ਚ ਹੁਸੈਨ ਦਾ ਹੱਥ ਹੈ। ਸਰਕਾਰ ਟੁਰਦੇ ਆਉਂਦੇ ਹਾਸ਼ਮੀ ਨਾਲ, ਇੱਕ ਜਾ 'ਤੇ ਆ ਕੇ ਹੁਸੈਨ ਰੁਕੇ, ਸੱਜਾਦ ਦੇ ਮੋਢੇ 'ਤੇ ਇਬਰਾਹੀਮ ਹੈ, ਹਾਏ ਅਲੀ ਅਕਬਰ ਦੇ ਮੋਢੇ 'ਤੇ ਮੁਹੰਮਦ ਹੈ। ਅੱਲਾ ਜਾਣੇ ਕਿਹੜੀ ਮਜਬੂਰੀ ਆਈ ਰਸੂਲ ਦੇ ਪੁੱਤਰ ਨੂੰ। ਮੇਰੇ ਆਗਾ ਨੇ ਘੋੜੇ ਦੀ ਵਾਗ ਜਾਤ ਪਾਇਆ, ਮੁਸਲਿਮ ਚੜਾ ਅਦੇ ਮੌਲਾ, ਏਡਾ ਗਰੀਬ ਹੈ, ਅੱਜ ਨੌਕਰ ਨੂੰ ਘੋੜੇ 'ਤੇ ਆਪ ਚੜਾਉਂਗੇ। ਸੈਦ ਆਦੇ ਨਰਵਾ, ਮੈਂ ਤੈਨੂੰ ਕੋਈ ਇੱਕ ਨੂੰ ਪਿਆ ਚੜ੍ਹਦਾ, ਮੇਰੀ ਨਿਗਾਹ ਕਰਬਲਾ, ਉਹ ਮੈਂ ਅਕਬਰ ਚੜਾਵਣਾ, ਉਹ ਮੈਂ ਗਾਜ਼ਿਮ ਚੜਾਵਣਾ, ਇੰਜੇ ਸਮੇਂ ਦੇ ਬੱਕਾ ਨਹੀਂ ਇਹ ਕਰਬਲਾ ਦਾ ਮੈਦਾਨ। ਜੀ ਮਰਹਬਾ, ਜੀ ਮਰਹਬਾ, ਸਲਾਹ ਆਪਣੇ ਗਮ 'ਚ ਹਾਏ ਨਾ ਕਰੋ। ਜਨਾਬੇ ਮੁਸਲਿਮ ਜ਼ੀਨ 'ਤੇ ਆਏ, ਅੱਬਾਸ ਨੇ ਬਣੇ ਚਾਹ ਕੇ ਜ਼ੀਨ 'ਤੇ ਬਹਾਏ, ਚਾਰ ਕਦਮ ਘੋੜਾ ਟੁਰਿਆ, ਮੈਂ ਸਦਕੇ ਥੀ ਪਵਾਂ, ਜੇ ਮੁਸਲਿਮ ਨੇ ਸੱਦ ਮਾਰੇ ਗਾਜ਼ੀ ਅੱਬਾਸ, ਜਿੱਦਾਂ ਅੱਬਾਸ ਨੂੰ ਸੱਦ ਮਾਰੇ ਜਰਨੈਲ ਟੁਰਿਆ, ਅਤੇ ਪਿੱਛੋਂ ਸ਼ਗਿਰਦ ਵੀ ਭੱਜੇ, ਮੁਸਲਿਮ ਆਦਾ ਨਹੀਂ ਨਹੀਂ ਸੱਜਾਦ ਤੂੰ ਵੀ ਰਹਿਣ ਦੇ, ਅਲੀ ਅਕਬਰ ਤੂੰ ਵੀ ਰਹਿਣ ਦੇ, ਕਾਸਿਮ ਤੂੰ ਵੀ ਉੱਥੇ ਹੀ ਖਲੋ, ਮੈਂ ਨਾ ਭਰਾ ਨਾਲ ਆਪ ਕੋਈ ਗੱਲ ਕਰਨੀ, ਮੈਂ ਆਪ ਕੋਈ ਗੱਲ ਕਰਨੀ ਹੈ ਮੁਸਲਿਮ ਨਾਲ। ਹੁਣ ਮੁਸਲਿਮ ਝੁਕਿਆ, ਇਦੂ ਗਾਜ਼ੀ ਕੋਲ ਆਏ, ਮੁਸਲਿਮ ਕੰਨ 'ਚ ਕੋਈ ਗੱਲ ਕੀਤੀ ਹੈ, ਮੁਸਲਿਮ ਮਿੱਟੀ 'ਤੇ, ਅੱਬਾਸ ਮਿੱਟੀ 'ਤੇ ਡਹਿ ਪਿਆ, ਸ਼ਬੀਰ ਭੱਜ ਪਿਆ, ਗੱਲ ਨਾ ਲਾ ਕੇ ਆਦਾ ਮੁਸਲਿਮ ਕੀ ਆਖਿਆ, ਰੋ ਕੇ ਆਦਾ ਰਸੂਲ ਦਾ ਪੁੱਤਰ ਮੁਸਲਿਮ ਪਿਆਦਾ, ਮੁਹੰਮਦ ਹਨਫੀਆ ਮਦੀਨੇ, ਮੈਂ ਜਾ ਰਿਹਾ ਕੂਫੇ, ਗਾਜ਼ੀ ਮਿੰਨਤ ਕਰਦਾ ਜ਼ੈਨਬ ਦੇ ਮਾਮਲ ਤੋਂ ਜ਼ਿਆਦਾ ਦੂਰ ਨਾ ਜਾਵੇਂ। ਹਾਏ ਓ ਹੁਸੈਨ, ਉਹ ਇਰਾਕ ਦੇ ਬਦਮਾਸ਼ ਲੋਕ ਨੇ, ਉਹ ਜ਼ਹਰਾ ਦੀਆਂ ਧੀਆਂ। ਹਾਏ ਹੁਸੈਨ ਮਰਹਬਾ, ਜਿਤਨੇ ਅਜ਼ਾਦਾਰ ਬੈਠੇ ਹੋ। ਔਰ ਜਦੋਂ ਜਨਾਬੇ ਮੁਸਲਿਮ ਆਏ ਨਾ ਕੂਫੇ, 70,000 ਬੰਦੇ ਨੇ ਸਰਕਾਰ ਦਾ ਇਸਤਕਬਾਲ ਕੀਤਾ, ਜਿੰਨਾ ਤੁਹਾਨੂੰ ਅੱਗੇ ਸੁਣਿਆ ਹੋਇਆ, ਬਈਅਤ ਕੀਤੀ ਹੈ ਸਰਕਾਰ ਦੇ ਹੱਥ 'ਤੇ, ਇੰਨਾ ਇਸਤਕਬਾਲ ਵੀ ਕੀਤਾ। ਫਿਰ ਨੌ ਜ਼ਿਲਹਜ, ਵਕਤ ਤਬਦੀਲ ਹੋਇਆ, ਜ਼ਮਾਨਾ ਦੁਸ਼ਮਣ ਹੋਇਆ,
ਮੈਂ ਆਦਾਂ ਨਾ ਪੁੱਤਰਾਂ ਵਾਸਤੇ ਇਨਸ਼ਾਅੱਲਾ ਕੋਈ ਮਜਬੂਰ ਨਾ ਹੋਵੇ ਤੁਹਾਡੀ ਹੈ ਤੂੰ ਸਦਕੇ ਜਿਹਦਾ ਬੰਦੇ 'ਤੇ ਮੁਸ਼ਕਿਲ ਬਣੇ ਅਤੇ ਵਕਤ ਸੱਜਣ ਹੀ ਯਾਦ ਆਉਂਦੇ ਅੱਲਾ ਨਾ ਕਰੇ ਇਹ ਬਹਾਣੇ ਮੇਰੇ ਨਾਲ ਕੋਈ ਮੁਸ਼ਕਿਲ ਬਣੇ ਮੈਂ ਤੁਹਾਨੂੰ ਹੀ ਫੋਨ ਕਰਨਾ ਨਾ ਯਾਰ ਮੇਰੇ 'ਤੇ ਕੋਈ ਮੁਸ਼ਕਿਲ ਬਣ ਗਈ ਮੇਰਾ ਆ ਕੇ ਸਾਥ ਦੇਵੇ ਹੁਣ ਜਨਾਬੇ ਮੁਸਲਿਮ 'ਤੇ ਔਖੀ ਬਣੀ ਪੁੱਤਰ ਨਾਲ ਇੱਕ ਨੂੰ ਹਾਂ ਨਾ ਲਾਇਓ ਏ ਦੂਜੇ ਨੂੰ ਅੰਗਲ ਨਾਲ ਲਾਇਓ ਏ ਸਰਕਾਰ ਦੇ ਬਚਪਨ ਦਾ ਦੋਸਤ ਏ ਕਾਜ਼ੀ ਸ਼ੁਰੈ ਸਰਕਾਰ ਕਾਜ਼ੀ ਦੇ ਦਰਵਾਜ਼ੇ 'ਤੇ ਦਕਲ ਬਾਬ ਕੀਤਾ ਅੰਦਰੋਂ ਹੌਲੀ ਹੌਲੀ ਆਵਾਜ਼ ਏ ਕੌਣ ਤੇਰੇ ਬਚਪਨ ਦਾ ਦੋਸਤ ਮੁਸਲਿਮ ਆਦਾ ਤੈਂ ਨਹੀਂ ਸੁਣਿਆ ਜਿਹੜਾ ਤਿੰਨ ਪਨਾਹ ਦੇ ਸੀ ਉਹਦਾ ਘਰ ਜਲਾਇਆ ਹੋਇਆ ਸੀ ਉਹਨੂੰ ਕਤਲ ਇਹ ਗੱਲ ਹੀ ਥਾਂ ਇਸੇ ਤੇ ਇਸ ਦੇ ਬਾਅਦ ਮੈਂ ਵਹਿਣ ਪਿਆ ਕਰਦਾ ਜਿਹੜਾ ਤਿੰਨ ਪਨਾਹ ਦੇ ਸੀ ਉਸਦਾ ਘਰ ਜਲਾਇਆ ਹੋਇਆ ਸੀ ਉਸਨੂੰ ਕਤਲ ਕੀਤਾ ਹੋਇਆ ਸੀ ਠੱਡਾ ਸਾਹਿਬ ਵਰ ਕਹਿ ਦਿਨ ਮੈਂ ਇਕੱਲਾ ਨਹੀਂ ਉਹ ਮੇਰੀ ਜੋੜੀ ਮੇਰੇ ਨਾਲ ਹੈ ਮੁਸਲਿਮ ਆਦਾ ਮੈਨੂੰ ਪਨਾਹ ਦੇ ਨਾ ਦੇ ਐ ਮੇਰੇ ਪੁੱਤਰਾਂ ਨੂੰ ਛੱਲਾ ਔਲਾਦ ਵਾਸਤੇ ਕੋਈ ਮਜਬੂਰ ਨਾ ਹੋਵੇ ਇਹ ਮੁਸਲਿਮ ਔਲਾਦ ਵਾਸਤੇ ਮਜਬੂਰ ਆਈ ਨਾ ਮੈਨੂੰ ਪਨਾਹ ਦੇ ਅਤੇ ਭਾਵੇਂ ਨਾ ਦੇ ਇਹ ਮੇਰੇ ਪੁੱਤਰਾਂ ਨੂੰ ਲਾਜ਼ਾ ਰੱਖ ਲੈ ਮੁਸਲਿਮ ਰੋ ਕੇ ਪਿਆ ਦਿਨ ਅੱਛਾ ਜ਼ਿਆਦਾ ਦੇਰ ਨਹੀਂ ਨਾ ਰੱਖਦਾ ਇਤਨਾ ਰੱਖ ਲੈ ਮੈਂ ਉਹ ਗੱਲੀ ਦਾ ਮੋੜ ਵਾਲਾ ਹਾਂ ਤੂੰ ਮੇਰੇ ਪੁੱਤਰਾਂ ਨੂੰ ਗੱਲੀ 'ਚ ਛੋੜ ਦੇਵੇਂ ਹਾਏ ਹੁਸੈਨ ਹਾਏ ਹੁਸੈਨ ਮੈਂ ਚਾਹਨਾ ਮੇਰੇ ਪੁੱਤਰ ਮੈਨੂੰ ਕੋਈ ਹਿੰਦਾ ਨਾ ਵੇਖਣ ਮੈਂ ਪੁੱਤਰ ਮਰੀਂਦੇ ਨਾ ਵੇਖਾਂ ਹੁਣ ਬਾਰ ਬਾਰ ਜਨਾਬੇ ਮੁਸਲਿਮ ਇੱਕ ਹੀ ਗੱਲ ਪੈ ਕਰਦੇ ਜੋ ਮੇਰੇ ਪੁੱਤਰਾਂ ਨੂੰ ਰੱਖ ਲੈ ਮੇਰੇ ਬੱਚਿਆਂ ਨੂੰ ਰੱਖ ਲੈ ਇਹ ਮੈਨੂੰ ਕੋਈ ਹਿੰਦਾ ਨਾ ਵੇਖਣ ਮੁਸਲਿਮ ਦਾ ਛੋਟਾ ਪੁੱਤਰ ਹੈ ਅੱਬਾਸ ਤਾਂ ਬਣਿਆ ਆਈ ਲਾਹੌਰ ਵਾਲੀ ਮਲਕਾ ਦਾ ਪੁੱਤਰ ਆਈ ਦੋਵੇਂ ਹੱਥ ਇੰਝ ਪਿਓ ਦੇ ਕਦਮਾਂ 'ਤੇ ਰੱਖੇ ਸੇ ਅਤੇ ਨਿੱਕੇ ਨਿੱਕੇ ਹੱਥ ਬਣ ਕੇ ਆਉਂਦਾ ਉਹ ਮੇਰਾ ਅਮੀਰ ਬਾਬਾ ਸਾਡੇ ਸਾਹਮਣੇ ਸਾਡੇ ਨਸਲ ਦੇ ਕਾਤਲਾਂ ਦੀਆਂ ਮਿੰਨਤਾਂ ਨਾ ਕਰ ਬਾਬਾ ਆਓ ਗੱਲੀਏ ਤੂੰ ਇਸ ਪਾਸੇ ਟੁਰ ਜਾ ਅਸੀਂ ਇਸ ਜੀ 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 ਹੌਸਲਾ ਦੀ ਹੌਸਲਾ ਹਾਏ 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 ਹੁਸੈਨ ਆਖਰ ਅਬਾਸ ਦੇ ਬਣੇ ਅਸੀਂ ਇਸ ਪਾਸੇ ਤੂੰ ਇਸ ਪਾਸੇ ਤੁਰ ਜਾ ਇਹ ਪੁੱਤਰਾਂ ਨੂੰ ਹਾਰ ਨਾ ਲਾ ਲੇ ਛੋੜ ਦਿੱਤੀ ਕੱਲ੍ਹ ਇਨਸ਼ਾਅੱਲਾ ਬਾਕੀ ਮਜਲਿਸ ਪੜਸਾਂ ਤਵਾ ਨਾਮੀ ਔਰਤ ਦੇ ਘਰ ਪੁੱਤਰ ਸਮਾਏ ਸੀ ਹਾਂ ਕਿਸ ਅੰਦਾਜ਼ ਨਾਲ ਛੋਟੇ ਦਾ ਹੱਥ ਵੱਡੇ ਦੇ ਮੋਢੇ 'ਤੇ ਵੱਡੇ ਦਾ ਛੋਟੇ ਦੇ ਮੋਢੇ 'ਤੇ ਅਤੇ ਰੋ ਰੋ ਕੇ ਪਿਆ ਦਾ ਮੇਰੀ ਅਮਾਨ ਹਵਾਲੇ ਹਵਾਲੇ ਰੱਬ ਦੇ ਮੈਂ ਸਦਕੇ ਦਰਵਾਜ਼ੇ 'ਤੇ ਛੋੜ ਦਿਓ ਦਰਵਾਜ਼ੇ ਦੇ ਉੱਤੇ ਹਾਏ ਹੁਸੈਨ ਦਰਵਾਜ਼ੇ ਦੇ ਉੱਤੇ ਫੌਜ ਇਕੱਠੀ ਹੋ ਗਈ ਸ਼ਬੀਰ ਦੇ ਇਸ ਵਕੀਲ ਨੇ ਤਲਵਾਰ ਬੇਨਿਆਮ ਕੀਤੀ ਅਤੇ ਤਲਵਾਰ ਵਾਲੇ ਪਾਸੇ ਇਸ਼ਾਰਾ ਕਰਕੇ ਆਦਾ ਮੈਨੂੰ ਕਲਿਆ ਨਾ ਸਮਝੀ ਹਾਏ ਮੈਂ ਅਲੀ ਦੀ ਤਾਕਤ ਦਾ ਵਾਰਿਸ ਤਲਵਾਰ ਲੈ ਕੇ ਟੁਰਿਆ ਮੈਂ ਕੁਰਬਾਨ 'ਤੇ ਵੰਜਾਂ ਕਿਵੇਂ ਬੜਸਾਂ ਤੁਸੀਂ ਕਿਵੇਂ ਬਰਦਾਸ਼ਤ ਕਰੇ ਸੋ ਮੁਸਲਿਮ ਗੱਲੀ 'ਚ ਆਏ ਹਾਏ ਤਵਾ ਪਿੱਛੂ ਭੱਜਦੀ ਆਈ ਹੈ ਅਤੇ ਮੁਸਲਿਮ ਨਾ ਇੰਝ ਹੱਥ ਬੰਨਣ ਅਤੇ ਰੋ ਕੇ ਪਿਆ ਦਿਨ ਘਰੋਂ ਬਾਹਰ ਨਾ ਆ ਬਾਹਰ ਫੌਜ ਖਲੋਤੀ ਹੈ ਹਾਏ ਤੂੰ ਜ਼ਹਰਾ ਦੀ ਕਨੀ ਦੇ ਮਤਾ ਮੈਨੂੰ ਮਰੀਂਦਿਆਂ ਵੇਖ ਤੇਰੇ ਸਿਰ ਤੋਂ ਚਾਦਰ ਸਦਕੇ ਮੁਸਲਿਮ ਆਦਾ ਮੈਨੂੰ ਕਲਿਆਂ ਸਮਝਿਆ ਨੇ ਤਿਆਰ ਹੋ ਜਾਓ ਜਿਤਨੇ ਅਜ਼ਾਦਾਰ ਹੋ ਜਨਾਬ ਮੁਸਲਿਮ ਨੇ ਹਮਲਾ ਕੀਤਾ ਫੌਜ ਭੱਜ ਗਈ
ਹੁਣ ਇੰਝ ਭੱਜੇ ਵੀ ਇੰਝ ਜਨਾਬੇ ਮੁਸਲਿਮ ਨੇ ਜੰਗ ਕੀਤੀ ਵੀ ਗੱਲੀ ਦੇ ਵਿੱਚ ਖੂਨ ਨਜ਼ਰ ਆਉਂਦਾ ਹੀ। ਇਬਨ ਅਸ਼ ਕੈਸ ਕੁੰਦੀ ਖੁਦਾ ਇਸ 'ਤੇ ਲਾਨਤ ਕਰੇ, ਹਾਏ ਹਾਏ। ਅੱਛਾ ਦੱਸਾਂ ਵੀ ਇਹ ਲਾਨਤੀ ਕੌਣ ਹੈ? ਇਹ ਉਹ ਬੇਗੈਰਤ ਹੈ ਜਿਸ ਰਸੂਲ ਦੇ ਪੁੱਤਰ ਨੂੰ ਆਖਰੀ ਵਾਰੀ ਬੋਸਾ ਗਾਏ ਮੁਹੰਮਦ 'ਤੇ ਗੁਸਤਾਖੀ ਕੀਤੀ ਹੈ। ਮੈਂ ਸਦਕੇ ਇਧਰ ਬਾਹਰ 'ਚ ਹੈ, ਅਦੇ ਫੌਜ ਮੁੱਕ ਗਈ ਹੈ, ਅਦੇ 5000 ਫੌਜ ਕਿਤਨੇ ਮੁਸਲਿਮ ਨਾਲ ਲੜਨ ਵਾਲੇ, ਅਦੇ ਇਕੱਲੇ ਜਿੱਦਾਂ ਕਿ ਨਕਲ ਹੈ ਤਦੇ ਇਤਨੀ ਫੌਜ ਮਰਾਈ ਗਈ। ਅਦੇ ਹੌਲੇ ਬੋਲ, ਸ਼ੁਕਰ ਕਰ ਉਹਦੇ ਨਾਲ ਅਕਬਰ ਕੋਈ ਨਹੀਂ, ਉਹਦੇ ਨਾਲ ਅਬਾਸ ਕੋਈ ਨਹੀਂ। ਅੱਜ ਸਜਾ ਦੋਵੇ ਆ, ਜਿੱਥੇ ਤੂੰ ਬੈਠਾ ਇੱਥੇ ਰਸੂਲ ਦਾ ਪੁੱਤਰ ਬੈਠਾ ਹੋਇਆ। ਵਾਹ ਭਾਈ ਵਾਹ, ਮਰਹਬਾ। ਮੈਂ ਬਿਲਕੁਲ ਵੇਣ ਦੇ ਕਰੀਬ ਆ। ਅਦੇ ਬਾਜ਼ਾਰ 'ਚ ਗੜਾ ਬਣਾਓ, ਮੁਸਲਿਮ ਲੜਦਾ ਲੜਦਾ ਉਹਦੇ ਵਿੱਚ ਆ ਕੇ ਡਾਸੀ ਹੈ, ਫਿਰ ਮੁਸਲਿਮ ਨੂੰ ਗ੍ਰਿਫਤਾਰ ਕਰੋ। ਇਹ ਹਾਸਮੀ ਇੰਝ ਨਹੀਂ ਮਰੀਂਦਾ। ਹੁਣ ਸ਼ਰੀਫੋ ਮੁਸਲਿਮ ਲੜਦਾ ਲੜਦਾ ਉਸ ਗੜੇ ਦੇ ਵਿੱਚ ਆ ਕੇ ਡਿੱਠੇ, ਸ਼ਾਲਾ ਬੇਵਾਰਿਸ ਕੋਈ ਨਾ ਹੋਵੇ। ਹਾਲਤ ਇਹ ਆਈ ਨਾ ਸਿਰ ਵੀ ਸਾਰਾ ਕੂਫਾ ਮਾਰਨ ਵਾਲਾ, ਮੈਂ ਪੜ ਗਿਆ ਸਾਰਾ ਕੂਫਾ ਮਾਰਨ ਲਾਈ, ਇਕੱਲਾ ਮੁਸਲਿਮ ਮਰੀਵਣ ਲਾਈ। ਜਿਸ ਕੋਲ ਤਲਵਾਰ ਹੈ ਉਸ ਤਲਵਾਰ ਨਾਲ ਮਾਰਿਆ, ਜਿਹਦੇ ਕੋਲ ਤੀਰ ਹੈ ਉਸ ਤੀਰ ਨਾਲ ਮਾਰਿਆ। ਮੁਸਲਿਮ ਉਹ ਗਰੀਬ ਹੈ ਜਿਸ ਨੂੰ ਕੂਫੇ ਦੀਆਂ ਔਰਤਾਂ ਮਾਰਿਆ, ਹਾਏ ਹੁਸੈਨ। ਮੁਸਲਿਮ ਤੇ ਗਰਮ ਪਾਣੀ ਸੁੱਟਦੀਆਂ ਰਹੀਆਂ ਤੇ ਵਹਿਣ ਕਰਕੇ ਆਦਾ ਦੁੱਖ ਖਾ ਗਈ ਹੈ, ਮੇਰੀ ਕੰਡ ਖਾ ਲਈ ਹੈ, ਹਾਏ ਹੁਸੈਨ। ਹੁਣ ਸਫ਼ਰ ਕਰਿਆ ਭਾਈ, ਹੁਣ ਨਾ ਹੱਥ ਪਿੱਛੇ ਬੱਧੇ ਤੇ ਲੈ ਦਰਬਾਰ 'ਚ ਹੈ। ਜਦੋਂ ਮੁਸਲਿਮ ਬੀਬੀ ਮੈਨੂੰ ਤਾਕਤ ਦੇ, ਗਰਮੀ ਡੇਰੇ ਮੈਂ ਵੇਣ ਕਰਾਂ, ਅੱਲਾ ਕਰੇ ਇਹ ਅਜ਼ਾਦਾਰ ਬਰਦਾਸ਼ਤ ਕਰ ਲਵੇ। ਮੁਸਲਿਮ ਦੇ ਹੱਥ ਬੱਧੇ ਹੋਏ ਦਰਬਾਰ 'ਚ, ਇੱਕ ਕਮੀਨਾ ਤਖ਼ਤ ਬੈਠਾ ਹੀ, ਨਾਲੋਂ ਇੱਕ ਸਿਪਾਹੀ ਉੱਠਿਆ, ਆਦੇ ਸਲਾਮ ਕਰ, ਉਹ ਸਾਹਮਣੇ ਤੇਰਾ ਅਮੀਰ ਹੈ। ਟੱਡਾ ਸਾਹਿਬ ਵਰ ਗਿਆ ਤਾਂ ਮੈਂ ਹੁਸੈਨ ਦੇ ਇਲਾਵਾ ਕਦੀ ਕਿਸੇ ਨੂੰ ਸਲਾਮ ਲਈ ਕੀਤਾ, ਹਾਏ ਹੁਸੈਨ, ਹਾਏ ਹੁਸੈਨ। ਹੱਥ ਮੱਥੇ ਤੇ ਹੁਸੈਨ ਵਾਸਤੇ ਉੱਠਦੇ, ਇਸ ਰਜ਼ੀਲ ਵਾਸਤੇ ਨਹੀਂ ਉੱਠ ਸਕਦੇ। ਆਦੇ ਸਲਾਮ ਕਰ, ਇਹ ਤੇਰਾ ਅਮੀਰ ਹੈ। ਮੁਸਲਿਮ ਆਦੇ, ਮੇਰੇ ਅਮੀਰ ਦਾ ਨਾਂ ਹੁਸੈਨ, ਹਾਏ ਹੁਸੈਨ। ਕਾਲੇ ਬੁਰਕੇ ਵਾਲੀ ਬੀਬੀ ਹੈ, ਵਹਿਣ ਕਰਕੇ ਆ ਦੀ ਹੈ ਮੁਸਲਿਮ ਦੁਸ਼ਮਣ ਦਾ ਦਰਬਾਰ, ਮੇਰੇ ਪੁੱਤਰ ਨੂੰ ਅਮੀਰ ਸੜਿਆਈ, ਵਾਦਾ ਪਈ ਕਰਦੀਆਂ ਕਿਆਮਾ ਤਾਈਂ ਤੂੰ ਅਮੀਰ ਹੁਸੈਨ ਗਰੀਬ। ਮਰਹਬਾ ਮਰਹਬਾ, ਗਰਮੀ ਹਰ ਗਈ ਹੈ ਯਾਰ। ਅਲਮਾਨ ਮੁਸਲਿਮਾਂ ਦੇ ਕੌਣ ਹੈ? ਉੱਚਾ ਵਹਿਣ ਕਰਕੇ ਆ ਦੀ ਹੈ, ਮੈਂ ਮਾਂ ਹਸਨ ਨਥੇ ਗਾਜ਼ੀ ਦੀ, ਹੋ ਮੇਰੇ ਪੁੱਤਰ ਜਪਾਕ ਵਕੀਲੇ ਬੀਬੀ ਆਦੀਏ, ਕੱਲ ਰਾਤ ਦੀ ਕੂਫੇ ਮੈਂ ਆ ਗਈਆਂ। ਮਰਹਬਾ ਮਰਹਬਾ, ਬੱਚੇ ਸਿਰ ਤੇ ਹੱਥ ਰੱਖੋ ਬੇਟਾ, ਸਿਰ ਤੇ ਮਾਥਾ, ਹੌਸਲੇ ਨਾਲ ਹੌਸਲੇ ਨਾਲ ਜ਼ਾਲਿਮਾਂ ਦੇ ਛੱਤ ਲੈ ਜਾਓ, ਹਾਏ
ਇਹਨੂੰ ਛੱਤ ਲੈ ਜਾਓ, ਸਰ ਕਲਮ ਕਰੋ, ਇਹ ਹਰਾਮੀ ਤੁਰ ਪਏ। ਮੁਸਲਿਮ ਮੈਂ ਕਦੀ ਨਹੀਂ ਪੜਿਆ ਵੀ ਇਹਨਾਂ ਕਿਵੇਂ ਛੱਤ ਚਾੜਿਆ ਤੇ ਕਿਵੇਂ ਜ਼ੁਲਮ ਕਰਦੇ ਰਹੇ। ਦਾਰੁਲ ਮਾਰਾ ਦੀ ਛੱਤ ਲੈ ਆਏ, ਸਿਪਾਹੀਆ ਦੇ ਗਰਦਨ ਝੁਕਾ, ਮੁਸਲਿਮ ਗਰਦਨ ਝੁਕਾਈਏ। ਉਦੋਂ ਮੰਜ਼ਲ ਸਾਹਿਬ ਸ਼ਬੀਰ ਦੀ ਕਿਹੜੀ ਹਾਲਤ ਹੈ, ਮੈਨੂੰ ਮਿੰਬਰ ਦੀ ਕਸਮ ਹੈ, ਪੱਗ ਦੇ ਪੇਚ ਗੱਲ ਚਾਹੇ ਕਹਿੰਦੇ ਉਹ ਕਿ ਬੇਤੇ ਰੋਂਦੇ, ਕਹਿੰਦੇ ਉਹ ਕਿ ਬੇਤੇ ਰੋਂਦੇ, ਰਾਜ਼ੀ ਭਜਿਆ ਹੈ ਪੈਰਾਂ ਤੇ ਹੱਥ ਲਾ ਕੇ ਦੇ। ਅਕਬਰ ਦਾ ਬਾਬਾ ਰੋਂਦਾ ਕਿਉਂ ਹੈ, ਰੋ ਕੇ ਆ ਦੇ ਸਾਡਾ ਪਹਿਲਾ ਕਥਾ ਲਪੀਆ ਕੂਫੇ ਥੀ ਨਹੀਂ, ਰੋਤੇ ਉਜੜਣ ਦੀ ਆ ਗਈ ਏ ਅੱਗੋਂ ਹੈ ਨਾ ਪਹਾੜ। ਮਰਹਬਾ 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 ਹਾਏ ਹੁਸੈਨ। ਅਗਲੇ ਵੈਣ ਤੇ ਜਨਾਜ਼ਾ ਸੀ, ਮੈਂ ਨਾ ਉੱਚਾ ਵੈਣ ਕਰਕਾ ਦੇ ਸਾਡਾ ਪਹਿਲਾ ਕਤਾਰ ਪਿਆ ਕੂਫੇ ਥੀ ਨਹੀਂ, ਰੋਤੇ ਉਜੜਣ ਦੀ ਆ ਗਈ ਏ ਅੱਗੋਂ ਹੈ ਨਾ ਪਹਾੜ। ਮੁਸੀਬਤਾਂ ਦੇ ਮੇਰੇ ਨਾਲ ਆਲੇ, ਮਰਹਬਾ ਮਰਹਬਾ ਹਜੇ ਨਹੀਂ ਭਈ ਹਲਮਾਨ ਅਲਮਾਨ ਮੈਂ ਨਾ ਕਰਾਂ। ਗਾਜ਼ੀ ਭਜੀਆਂ ਏ ਸ਼ਬੀਰਾ ਦੇ ਕਿਨ ਵੈਨੇ ਆਦੇ ਮੌਲਾ ਕੂਫੇ ਵੈਨਾ, ਸ਼ਬੀਰਾ ਦਿਨ ਹਟਿਆ ਕੂਫੇ ਜਾ ਕੇ ਕਿਆ ਕਰੇ ਸੇ, ਪਹਿਲਾਂ ਤੇ ਹੱਥ ਲਾ ਕੇ ਆਦੇ ਮੌਲਾ ਇੱਕ ਵਾਰੀ ਮੈਨੂੰ ਹਾਏ ਵਜਾਣ ਦਿਓ, ਮੈਂ ਮੁੱਲ ਮੁਸਲਮਾ ਦਾ ਪਾਵਾਂ ਅੱਜ ਹੈ ਬੇਵਾ। ਹਾਏ ਹੁਸੈਨ ਹਾਏ ਹੁਸੈਨ, ਇੰਜ ਗਾਜ਼ੀ ਨਾ ਪੈਰਾਂ ਤੇ ਹੱਥ ਲਾਏ ਤੇ ਹੱਥ ਬੰਨ ਕੇ ਜਿਹੜਾ ਵਹਿਣ ਕੀਤੇ, ਗਾਜ਼ੀ ਆਦੇ ਇੱਕ ਵਾਰੀ ਮੈਂ ਕੋ ਵਜਣ ਦਿਓ, ਹੋ ਮੈਂ ਜਾ ਖਲਿਆ ਵੀਰ ਮਰੀਂਦਾ ਪੈ, ਇੱਕ ਵਾਰੀ ਮੈਂ ਕੋ ਵਜਣ ਦਿਓ, ਮੇਰਾ ਖਲਿਆ ਵੀਰ ਮਰੀਂਦਾ ਪੈ, ਮੈਗੀ ਭੈਣ ਪਈ ਬੇਵਾ ਹੋਦੀ ਏ, ਉਹਦੇ ਸਰ ਦਾ ਤਾਜ ਲੋਟੇਂਦਾ। ਹੁਣ ਲਾਇਓ ਜਨਾਜ਼ਾ ਅਲਮਾਨ, ਇਹਦਾ ਥੋੜ੍ਹੀ ਜਿਹੀ ਕੋ ਵਧਾਓ, ਜਿਤਨੇ ਮਾਤਮੀ ਅਦਾਦਾਰ ਵੇਖੋ ਮੇਰੇ ਪਾਸੇ, ਸੈਯਦਾ ਦੇ ਕੇ ਛੱਤ ਦਿੱਠੀ ਏ, ਹੁਣ ਬਾਜ਼ਾਰ ਹੀ ਵੇਖ ਜਿਹਦਾ ਮੁਸਲਿਮ ਬਿੱਠੇ ਰੋ ਕੇ ਪਿਆ ਦੇ, ਹੇ ਕਾਬੀ ਵੀ ਏ ਜਿਹੜੀ ਝੋਲੀ ਆਪ ਬੜਾਈ ਵਧੀ ਏ, ਮੈਨੂੰ ਲੱਗਦਾ ਤੇ ਜੀ ਅੰਗੜੀ ਹੈ ਜਿਹੜੀ ਹੱਥ ਪਾ ਸੇ ਤੋਂ ਹੈ। ਮੁਸਲਿਮ ਦਾ ਜਨਾਜ਼ਾ, ਇਹ ਮੁਸਲਿਮ ਦਾ ਜਨਾਜ਼ਾ, ਇੱਕ ਵਾਰੀ ਜਨਾਜ਼ਾ ਜ਼ਮੀਨ ਤੇ ਰੱਖੋ ਯਾਰ, ਇੱਕ ਵਾਰੀ ਜਨਾਜ਼ਾ ਜ਼ਮੀਨ ਤੇ ਰੱਖੋ। ਇਹ ਜਨਾਜ਼ੇ ਤੇ ਰਸੀਆਂ, ਇਹ ਕੋਈ ਜਨਾਜ਼ਾ ਰਸੀਆਂ ਦਾ ਵੀ ਹੁੰਦੇ ਜਿਤਨੇ ਹਜ਼ਾਦਾਰ ਹੋ, ਉਹ ਪਾ ਰਸੀਆਂ ਵਾਲੀ ਫਤਿਹ ਪੈਰਾਂ ਵਿੱਚ, ਇਹ ਸ਼ਾਰਦ ਸੈਲ ਕਰੇ ਹਾਏ ਹੁਸੈਨ। ਸ਼ਾਹ ਨਦੀ
ਇਸਰਾਇਲ ਇੱਕ ਵਾਰੀ ਜਨਾ ਦਾ ਥੋੜਾ ਥੱਲੇ ਕਰੋ, ਅਦਾਦਾਰ ਮਾਤਰ ਕਰੋ, ਇਕਲਾਮ ਸੁਣਾ ਜਨਾਬੇ ਮੁਸਲਮ ਹੁਸੈਨ ਦਾ ਵਕੀਲ ਸੁਪੀ, ਅੱਜ ਤੂੰ ਤੇ ਮਾਰਿਆ ਮੁਸਲਮਾਨਾ ਪਹਿਲਾ ਚਰਸੀਆ ਪਵਾ ਕੇ ਕਦੀ ਉਸ ਬਾਜ਼ਾਰ ਕਦੀ ਉਸ ਗਰੀਬ ਦੇ ਪੈਰਾਂ ਵਿੱਚ ਇਹ ਸ਼ਹਿਰ